ਹੈਲੋ ਡਾਕਟਰ ਪ੍ਰੋਗਰਾਮ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਪਿਆਰੇ ਦਰਸ਼ਕੋ, ਜਿਵੇਂ ਤੁਸੀਂ ਜਾਣਦੇ ਹੋ, ਅਸੀਂ ਹਰ ਹਫ਼ਤੇ ਤੁਹਾਡੇ ਸਾਹਮਣੇ ਰੂਬਰੂ ਹੁੰਦੇ ਹਾਂ ਸਿਹਤ ਨਾਲ ਸੰਬੰਧਿਤ ਕੋਈ ਨਾ ਕੋਈ ਵਿਸ਼ੇ 'ਤੇ ਗੱਲਬਾਤ ਕਰਨ ਲਈ, ਤਾਂ ਕਿ ਤੁਸੀਂ ਆਪਣਾ ਜੀਵਨ ਬਿਹਤਰ ਤਰੀਕੇ ਨਾਲ ਬਤੀਤ ਕਰ ਸਕੋ। ਅੱਜ ਦਾ ਜੋ ਅਸੀਂ ਵਿਸ਼ਾ ਚੁਣਿਆ ਹੈ ਉਹ ਹੈ ਬਹੁਤ ਹੀ ਗੰਭੀਰ, HIV, ਜਿਸਦਾ ਨਾਮ ਸੁਣ ਕੇ ਹੀ ਆਮ ਤੌਰ 'ਤੇ ਲੋਕਾਂ ਨੂੰ ਡਰ ਲੱਗਣ ਲੱਗ ਪੈਂਦਾ ਹੈ, ਲੇਕਿਨ ਇਸ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਮੁਸ਼ਕਲ ਦੇ ਨਾਲ ਪੂਰੇ ਜ਼ੋਰ ਨਾਲ ਲੜ ਸਕੀਏ। ਇਸ ਵਿਸ਼ੇ 'ਤੇ ਗੱਲ ਕਰਨ ਵਾਸਤੇ ਸਾਡੇ ਸਟੂਡੀਓ ਦੇ ਵਿੱਚ ਡਾਕਟਰ ਸਤੀਸ਼ ਜੀ ਆਏ ਨੇ, ਜੋ ਜਲੰਧਰ ਸਿਵਲ ਸਰਜਨ ਆਫਿਸ ਤੋਂ ਨੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਔਰ ਪਿਆਰੇ ਦਰਸ਼ਕੋ, ਇਹ ਲਾਈਵ ਪ੍ਰੋਗਰਾਮ ਹੈ, ਤੁਸੀਂ ਸਾਡਾ ਨੰਬਰ ਨੋਟ ਕਰ ਲਓ, 0181 42 61, 0181 42 61 64, ਔਰ ਤੁਸੀਂ ਡਾਕਟਰ ਸਾਹਿਬ ਤੋਂ ਲਾਈਵ ਸਵਾਲ ਵੀ ਪੁੱਛ ਸਕਦੇ ਹੋ। ਡਾਕਟਰ ਸਾਹਿਬ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ HIV, ਇਹ ਇਹਦਾ ਫੁੱਲ ਫਾਰਮ ਕੀ ਹੈ ਸਰ? ਬੇਸਿਕਲੀ ਹੈ ਕੀ HIV, ਹੈ ਕੀ ਹੈ ਸਰ? HIV ਦਾ ਪੂਰਾ ਨਾਮ ਜਿਸ ਤਰ੍ਹਾਂ ਦੱਸਦੇ ਆ ਕਿ ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ। ਅੱਛਾ ਜੀ। ਇੱਕ ਤਰ੍ਹਾਂ ਦੀ ਵਾਇਰਸ ਹੈਗੀ ਜਿਹੜੀ ਸਰੀਰ 'ਚ ਜਦੋਂ ਐਂਟਰ ਕਰ ਜਾਂਦੀ ਹੈ ਤਾਂ ਸਰੀਰ ਦਾ ਪੂਰਾ ਡਿਫੈਂਸ ਸਿਸਟਮ, ਜਿਹੜਾ ਰੱਖਿਅਕ ਪ੍ਰਣਾਲੀ ਹੁੰਦੀ, ਉਹਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦੀ ਹੈਗੀ ਆ। ਜੀ ਜੀ। ਸੋ ਇਸ ਕਰਕੇ ਉਹਨੂੰ ਬੜਾ ਖਤਰਨਾਕ ਮੰਨਿਆ ਜਾਂਦਾ ਹੈਗਾ। ਔਰ ਜੇ ਆਪਾਂ ਗੱਲ ਕਰੀਏ ਪੂਰੀ ਦੁਨੀਆ ਵਿੱਚ, ਜੀ, 37 ਮਿਲੀਅਨ ਦੇ ਕਰੀਬ ਲੋਕ ਜਿਹੜੇ HIV ਤੋਂ ਪੀੜਿਤ ਹੈਗੇ ਆ, ਔਰ 3 ਕਰੋੜ 70 ਲੱਖ, 370 ਲੱਖ ਦੇ ਕਰੀਬ ਪੀੜਿਤ ਹੈਗੇ ਆ, ਔਰ ਪੂਰੇ ਇੰਡੀਆ ਵਿੱਚ 2.1 ਮਿਲੀਅਨ, ਮਤਲਬ 21 ਲੱਖ ਦੇ ਕਰੀਬ ਜਿਹੜੇ HIV ਪੋਜ਼ਿਟਿਵ ਪੇਸ਼ੈਂਟ ਹੈਗੇ ਆ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਅਪਰੋਕਸੀਮੇਟਲੀ 44,000 ਦੇ ਕਰੀਬ ਪੋਜ਼ਿਟਿਵ ਪੇਸ਼ੈਂਟ ਹੈਗੇ ਆ। ਇਸ ਤੋਂ ਇਲਾਵਾ ਚੱਲਦੇ ਚੱਲਦੇ ਆਪਾਂ ਜਲੰਧਰ 'ਤੇ ਜਾਈਏ ਤਾਂ ਇਸ ਟਾਈਮ 4700 ਦੇ ਕਰੀਬ ਪੇਸ਼ੈਂਟ ਜਿਹੜੇ ਹੈਗੇ ਡਿਸਟ੍ਰਿਕਟ ਜਲੰਧਰ ਵਿੱਚ, ਉਹ ਸਾਡੇ ਸਿਵਲ ਹਸਪੀਟਲ ਤੋਂ ਟ੍ਰੀਟਮੈਂਟ ਲੈ ਰਹੇ ਹੈਗੇ ਫੋਰ ਦੀ HIV ਵਾਸਤੇ। ਹਾਂਜੀ। ਓਕੇ। ਤੇ ਡਾਕਟਰ ਸਾਹਿਬ, HIV ਦੇ ਨਾਲ ਇੱਕ ਹੋਰ ਸੰਬੰਧਿਤ ਏਡਸ ਦਾ ਨਾਮ ਲਿਆ ਜਾਂਦਾ ਹੈ, ਉਹਨੂੰ ਉਹਦੇ ਕੀ ਡੈਫੀਨੇਸ਼ਨ ਹੈ? ਕੀ ਇਹ ਇੱਕੋ ਚੀਜ਼ ਹੈ ਜਾਂ ਅਲੱਗ ਅਲੱਗ ਚੀਜ਼ਾਂ ਹੈਗੀਆਂ? ਜੀ ਸਰ, ਆਮ ਤੌਰ 'ਤੇ ਇੱਕ ਸਾਡੇ ਵਿੱਚ ਭਰਮ ਪਾਇਆ ਜਾਂਦਾ ਕਿ HIV ਹੋ ਗਈ ਤਾਂ ਮੈਨੂੰ ਏਡਸ ਹੋ ਗਈ ਹੈਗੀ ਆ। ਸੋ ਸਾਨੂੰ ਇਹਦੇ 'ਚ ਫਰਕ ਜਾਣਨਾ ਬੜਾ ਜ਼ਰੂਰੀ ਹੈਗਾ, HIV ਕੀ ਆ ਅਤੇ ਏਡਸ ਕੀ ਹੈਗੀ। HIV ਜਿਸ ਤਰ੍ਹਾਂ ਮੈਂ ਦੱਸਿਆ ਕਿ ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ, ਇੱਕ ਵਾਇਰਸ ਆ ਜਿਹੜਾ ਜੀਵਾਣੂ ਜਿਹੜਾ ਸਾਡੇ ਸਰੀਰ 'ਚ ਐਂਟਰ ਕਰ ਗਿਆ, ਪਰਜੀਵੀ ਹੈ ਜਿਹੜਾ ਸਾਡੇ ਅੰਦਰ ਐਂਟਰ ਕਰ ਗਿਆ, ਬਲੱਡ 'ਚ ਆ ਗਿਆ, ਬਿਲਕੁਲ ਰੋਗ ਹੋ ਗਿਆ। ਇਸ ਤੋਂ ਇਲਾਵਾ ਏਡਸ ਦਾ ਨਾਂ ਜਿਸ ਤਰ੍ਹਾਂ ਅਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰਮ, ਆਪਾਂ ਪ੍ਰਾਪਤ ਕੀਤਾ ਕਿਸੇ ਤੋਂ। ਗੱਲ ਕੀ ਹੈ, ਜਦੋਂ HIV ਬੋਡੀ ਸਾਡੇ ਐਂਟਰ ਕਰ ਗਿਆ, ਉਹ ਹੌਲੀ ਹੌਲੀ ਸਾਡੇ ਸਰੀਰ ਨੂੰ ਖੋਖਲਾ ਕਰਦਾ ਜਾਂਦਾ ਹੈਗਾ, ਜਿਹੜੀ ਸਾਡੀ ਰੱਖਿਅਕ ਪ੍ਰਣਾਲੀ ਹੈਗੀ ਆ ਉਹਨੂੰ ਅੰਦਰ ਪੂਰਾ ਖਤਮ ਕਰ ਦਿੰਦਾ, ਔਰ ਹੌਲੀ ਹੌਲੀ ਬੰਦਾ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ, TB ਹੋ ਗਈ ਉਹਨੂੰ, ਤਰ੍ਹਾਂ ਤਰ੍ਹਾਂ ਦੇ ਕੈਂਸਰ ਹੋ ਜਾਂਦੇ ਆ, ਬੁਖਾਰ ਚੜ ਗਿਆ, ਬੁਖਾਰ ਨਹੀਂ ਉੱਤਰਦਾ, ਟੱਟੀਆਂ ਲੱਗੀਆਂ, ਟੱਟੀਆਂ ਨਹੀਂ ਹਟਦੀਆਂ ਹੈਗੀਆਂ, ਠੀਕ ਠੀਕ। ਸੋ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਘਰ ਬਣ ਜਾਂਦਾ ਵਿਅਕਤੀ, ਉਹ ਏਡਸ ਵਾਲਾ ਜਿਹੜਾ ਪੇਸ਼ੈਂਟ ਆ। ਸੋ ਅੱਜ HIV ਤੋਂ ਬਾਅਦ ਏਡਸ ਵਿੱਚ ਅਪਰੋਕਸੀਮੇਟਲੀ 8 ਤੋਂ 10 ਸਾਲ ਦਾ ਕਰੀਬ ਸਮਾਂ ਲੱਗ ਜਾਂਦਾ ਏਡਸ ਹੋਣ ਨੂੰ। ਸੋ ਇਹਦੇ ਵਿੱਚ ਫਰਕ ਜਾਣਨਾ ਬਹੁਤ ਜ਼ਰੂਰੀ ਹੈ HIV ਅਤੇ ਏਡਸ ਵਿੱਚ। ਮਤਲਬ ਇਹ ਨਹੀਂ ਹੈ ਵੀ ਜੇ HIV ਕਿਸੇ ਦਾ ਪੋਜ਼ਿਟਿਵ ਹੈਗਾ ਤਾਂ ਉਹਨੂੰ ਏਡਸ ਨਾਲ ਹੀ ਹੋ ਗਿਆ, ਇਹ ਫਰਕ ਹੈ? ਹਾਂ ਬਿਲਕੁਲ, ਇਹ ਸਮਝਣ ਦੀ ਬਹੁਤ ਜ਼ਰੂਰਤ ਹੈ। ਹਾਂ ਬਿਲਕੁਲ, ਟਾਈਮ ਲੱਗਦਾ ਹੈ। ਹਾਂ ਬਿਲਕੁਲ, ਅਪਰੋਕਸੀਮੇਟਲੀ 8 ਤੋਂ 10 ਸਾਲ ਦਾ ਸਮਾਂ ਲੱਗ ਜਾਂਦਾ, ਔਰ ਏਡਸ ਇੱਕ ਬਿਮਾਰੀਆਂ ਦਾ ਬੰਦਾ ਘਰ ਬਣ ਜਾਂਦਾ ਹੈਗਾ। ਇੱਕ ਬਿਮਾਰੀ ਠੀਕ ਹੋਈ ਉਸ ਤੋਂ ਬਾਅਦ ਦੂਸਰੀ ਬਿਮਾਰੀ ਲੱਗ ਜਾਣੀ ਆ, ਮਤਲਬ ਬੰਦਾ ਹਮੇਸ਼ਾ ਦਵਾਈਆਂ 'ਤੇ ਲੱਗਾ ਰਹਿੰਦਾ ਹੈਗਾ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ HIV ਦਾ ਵਿਸ਼ਾਣੂ ਜਾਂ ਵਾਇਰਸ ਸਾਡੇ ਜਦੋਂ ਅੰਦਰ ਬੋਡੀ ਦੇ ਅੰਦਰ ਐਂਟਰ ਕਰ ਜਾਂਦਾ, ਉਸ ਤੋਂ ਕਿੰਨੇ ਚਿਰ ਬਾਅਦ ਕੋਈ ਬੋਡੀ ਦੀ ਕੀ ਅਲਾਮਤ ਹੁੰਦੀ ਹੈ, ਕੀ ਪ੍ਰਤੀਕਿਰਿਆ ਹੁੰਦੀ ਹੈ ਵੀ ਸਾਨੂੰ ਹੋਵੇ ਵੀ ਹਾਂ ਇਸ ਤਰ੍ਹਾਂ ਸਾਨੂੰ HIV ਦਾ ਇਨਫੈਕਸ਼ਨ ਹੋ ਸਕਦੀ ਹੈ, ਕੋਈ ਇਹਦੇ ਲਈ ਕੁਛ ਹੈ? ਨਹੀਂ ਸਰ, ਸਪੈਸੀਫਿਕ ਟੈਸਟ ਨਹੀਂ ਹੈਗਾ, ਆਪਾਂ ਕਹਿ ਸਕਦੇ ਬੰਦੇ ਨੂੰ HIV ਹੋ ਗਈ ਹੈਗੀ ਆ। ਸੋ ਇਹ ਵਾਇਰਲ ਇਨਫੈਕਸ਼ਨ ਹੈਗਾ, ਪਹਿਲੀ ਗੱਲ ਸਮਝਣ ਦੀ ਲੋੜ ਹੈਗੀ ਆ। ਆਮ ਤੌਰ 'ਤੇ ਬੰਦੇ ਨੂੰ ਬੁਖਾਰ ਚੜ ਗਿਆ ਸਿੰਪਟਮ, ਲੱਤਾਂ ਬਾਹਾਂ ਦਰਦ ਹੋਈਆਂ ਜਾਂ ਹੋਰ ਛੋਟੇ ਮੋਟੇ ਸਿੰਪਟਮ ਹੁੰਦੇ ਹੈਗੇ ਆ, ਇਹ ਤਾਂ ਆਮ ਵੀ ਕਿਸੇ ਆਮ ਤੌਰ 'ਤੇ ਹੁੰਦੇ ਆ। ਬਟ ਉਸ ਤੋਂ ਬਾਅਦ ਜੇ ਆਪਾਂ ਟੈਸਟ ਕਰਾਈਏ, ਖਾਸ ਕਰਕੇ 3 ਮਹੀਨੇ ਦੇ ਵਿੱਚ ਇਹ ਟੈਸਟ ਪੋਜ਼ਿਟਿਵ ਆ ਜਾਂਦਾ ਹੈਗਾ, ਬਟ ਫਿਰ ਵੀ ਆਪਾਂ ਨੂੰ 6 ਮਹੀਨੇ ਤੱਕ ਵੇਟ ਕਰ ਲੈਣੀ ਚਾਹੀਦੀ ਹੈਗੀ ਹੈ, ਤਾਂ ਕਿ ਆਪਾਂ ਕਦੇ ਪੋਜ਼ਿਟਿਵ ਤਾਂ ਨਹੀਂ ਹੈਗੇ ਹਾਂ। ਉਸ ਤੋਂ ਬਾਅਦ ਆਪਾਂ ਕਨਫਰਮ ਕਰਾਂਗੇ ਬੰਦਾ HIV ਪੋਜ਼ਿਟਿਵ ਹੈ ਜਾਂ ਨਹੀਂ ਹੈ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਹੁਣ HIV ਦਾ ਆਪਾਂ ਨਾਮ ਲੈਂਦੇ ਹਾਂ ਜਾਂ ਏਡਸ ਦਾ ਆਪਾਂ ਨਾਮ ਲੈਂਦੇ ਹਾਂ, ਅਤੇ ਇੱਕ ਤੁਸੀਂ ਤੁਹਾਡੇ ਕੋਲ ਮਰੀਜ਼ ਵੀ ਆਉਂਦੇ ਹੋਣਗੇ ਹੋਸਪਿਟਲ ਦੇ ਅੰਦਰ, ਉਹਨਾਂ ਦੀ ਹਾਲਤ ਵੀ ਕਾਫੀ ਬੁਰੀ ਹੁੰਦੀ ਹੈ, ਵੀ ਟੈਸਟ ਕਰਾਉਣ ਤੋਂ ਪਹਿਲਾਂ ਵੀ ਜ਼ਿੰਦਗੀ ਮੌਤ ਦਾ ਸਵਾਲ ਹੈ ਕਿ ਵਾਕਈ ਇਹਦੇ ਨਾਲ ਮੌਤ ਝਟਪਟੀ ਹੋ ਜਾਂਦੀ ਜਾਂ ਮੌਤ ਨਾਲ ਇਹਦਾ ਕਿੰਨਾ ਕੁ ਜਲਦੀ ਸੰਬੰਧ ਹੈਗਾ? ਸਰ ਐਕਚੁਅਲੀ ਏਡਸ ਦਾ ਪਹਿਲਾਂ ਨਾਂ ਹੁੰਦਾ ਕਿ ਮੌਤ, ਮੌਤ ਦਾ ਦੂਜਾ ਨਾਂ ਏਡਸ ਕਹਿੰਦੇ ਹੁੰਦੇ ਸੀ, ਬਟ ਹੌਲੀ ਹੌਲੀ ਇਹ ਹੈ ਕਿ ਹੁਣ ਦਵਾਈਆਂ ਤਰ੍ਹਾਂ ਤਰ੍ਹਾਂ ਦੀਆਂ ਆ ਗਈਆਂ ਹੈਗੀਆਂ, ਬਹੁਤ ਤਰ੍ਹਾਂ ਦੀਆਂ ਨਵੀਆਂ ਡਰੱਗਸ ਆ ਗਈਆਂ, ਫ੍ਰੀ ਆਫ ਕੋਸਟ ਜਿਹੜੀਆਂ ਮਿਲਦੀਆਂ ਹੈਗੀਆਂ। ਉਸ ਤੋਂ ਪਹਿਲਾਂ ਲੋਕਾਂ ਨੂੰ ਖਰੀਦਣੀਆਂ ਪੈਂਦੀਆਂ ਹੁੰਦੀਆਂ ਸੀ ਮਾਰਕੀਟ 'ਚੋਂ, ਬੜੀ ਮਹਿੰਗੀ ਦਵਾਈ ਹੁੰਦੀ ਸੀ, ਔਰ ਲੋਕ ਪੂਰੀਆਂ ਲੈ ਨਹੀਂ ਪਾਉਂਦੇ ਸੀ। ਅੱਛਾ ਜੀ। ਸੋ ਹੁਣ ਉਸ ਤਰ੍ਹਾਂ ਦਾ ਡਰ ਕਰਨ ਦੀ ਲੋੜ ਨਹੀਂ ਹੈ, ਬਟ ਜੇ ਬੰਦਾ ਰੈਗੂਲਰ ਦਵਾਈ ਲਵੇ, ਆਪਣਾ ਪੂਰਾ ਤਰੀਕੇ ਨਾਲ ਖਾਣਾ ਪੀਣਾ ਠੀਕ ਰੱਖੇ, ਜਿਹੜੀਆਂ ਡਰਿੰਕ ਵਗੈਰਾ ਜਾਂ ਅਲਕੋਹਲ ਜਾਂ ਇਸ ਤਰ੍ਹਾਂ ਦੇ ਟਬੈਕੋ ਪ੍ਰੋਡਕਟ ਐਡਿਕਸ਼ਨ ਵਗੈਰਾ ਤੋਂ ਦੂਰ ਰਹੇ, ਤਾਂ ਬੰਦੇ ਦੀ ਲਾਈਫ ਕਾਫੀ ਵਧੀਆ ਹੋ ਸਕਦੀ ਹੈਗੀ ਆ। ਸੋ ਇਸ ਕਰਕੇ ਇਹਨਾਂ ਡਰਨ ਦੀ ਲੋੜ ਨਹੀਂ ਆ, ਜੇ HIV ਆ ਗਿਆ ਉਸ ਤੋਂ ਬਾਅਦ ਕੁਆਲਿਟੀ ਆਫ ਲਾਈਫ
ਉਹਨੂੰ ਇੰਪਰੂਵ ਕਰ ਸਕਦੇ ਹਾਂ ਜਿਹੜੀਆਂ ਸਾਡੇ ਕੋਲ ਨਵੀਆਂ ਡਰੱਗਸ ਆਈਆਂ ਹੋਈਆਂ ਹੈਗੀਆਂ ਅਤੇ ਸੋ ਕਹਿਣ ਦਾ ਭਾਵ ਹੈ ਵੀ ਜੇ ਐੱਚ ਆਈ ਵੀ ਸਾਡੀ ਬੋਡੀ ਦੇ ਅੰਦਰ ਐਂਟਰ ਕਰ ਗਿਆ ਐੱਚ ਆਈ ਵੀ ਦੇ ਨਾਲ ਮੌਤ ਨਹੀਂ ਹੁੰਦੀ ਹਾਂ ਕੋਈ ਅਡੀਸ਼ਨਲ ਕੋਈ ਬਿਮਾਰੀ ਹੋ ਗਈ ਅਗਰ ਟੀ ਬੀ ਹੋ ਗਈ ਜਾਂ ਕੋਈ ਹੋਰ ਪ੍ਰੋਬਲਮ ਹੋ ਗਈ ਉਹਦੇ ਕਰਕੇ ਹੋ ਜੇ ਕਿਉਂਕਿ ਸਾਡੀ ਜਿਹੜੀ ਬਿਮਾਰੀਆਂ ਲੜਨ ਦੀ ਜਿਹੜੀ ਅੰਦਰੂਨੀ ਸ਼ਕਤੀ ਆ ਉਹ ਖਤਮ ਕਰ ਚੁੱਕਾ ਹੈ ਕਿਉਂਕਿ ਆਮ ਤੌਰ 'ਤੇ ਜਦੋਂ ਐੱਚ ਆਈ ਵੀ ਹੁੰਦਾ ਉਸ ਤੋਂ ਬਾਅਦ ਆਮ ਤੌਰ 'ਤੇ ਬੰਦੇ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਮੋਸਟ ਕਾਮਨ ਜਿਹੜੀ ਹੈਗੀ ਕਾਮਨ ਸਭ ਤੋਂ ਟੀ ਬੀ ਦੀ ਬਿਮਾਰੀ ਜਿਸ ਤਰ੍ਹਾਂ ਤੁਸੀਂ ਦੱਸਿਆ ਟੀ ਬੀ ਦਾ ਫੇਫੜਿਆਂ ਦੀ ਟੀ ਬੀ ਹੋ ਜਾਂਦੀ ਆ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਕੈਂਸਰ ਹੋਣ ਲੱਗ ਪੈਂਦੇ ਹੈਗੇ ਆ ਔਰ ਕਈ ਵਾਰੀ ਮੂੰਹ ਦਾ ਫੰਗਲ ਇਨਫੈਕਸ਼ਨ ਹੋ ਜਾਂਦਾ ਮੂੰਹ 'ਚ ਚਿੱਟਾ ਚਿੱਟਾ ਹੋ ਜਾਂਦਾ ਹੈਗਾ ਜਾਂ ਗੰਢਾਂ ਬਣ ਜਾਂਦੀਆਂ ਸਰੀਰ 'ਚ ਕਈ ਥਾਵਾਂ 'ਤੇ ਔਰ ਕਈ ਤਰ੍ਹਾਂ ਦੇ ਕੈਂਸਰ ਹੋ ਜਾਂਦੇ ਹੈਗੇ ਆ ਸੋ ਇਸ ਕਰਕੇ ਬੰਦੇ ਦਾ ਬਿਲਕੁਲ ਇਮਿਊਨਿਟੀ ਸਿਸਟਮ ਡਾਊਨ ਹੋਣ ਕਰਕੇ ਬੰਦਾ ਇੱਕ ਬਿਮਾਰੀਆਂ ਦਾ ਪੂਰਾ ਘਰ ਬਣ ਜਾਂਦਾ ਹੈਗਾ ਓਕੇ ਅੱਛਾ ਡਾਕਟਰ ਸਾਹਿਬ ਇਹਦਾ ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਇਹ ਹੈਗਾ ਵੀ ਐੱਚ ਆਈ ਵੀ ਫੈਲਦਾ ਕਿਸ ਤਰ੍ਹਾਂ ਵੀ ਜੇ ਇੱਕ ਪਰਸਨ ਨੂੰ ਐੱਚ ਆਈ ਵੀ ਹੈਗਾ ਜਾਂ ਇੱਕ ਨੋਰਮਲ ਬੰਦਾ ਹੈਗਾ ਜਾਂ ਮੇਲ ਜਾਂ ਫੀਮੇਲ ਕੋਈ ਹੈਗਾ ਉਹਨੂੰ ਐੱਚ ਆਈ ਵੀ ਹੋਣ ਦੇ ਚਾਂਸਿਸ ਕਦੋਂ ਕਦੋਂ ਹੁੰਦੇ ਆ ਫੈਲ ਕਿਸ ਤਰ੍ਹਾਂ ਜਾਂਦਾ ਹੈ ਹਾਂ ਇਹ ਬੜਾ ਇੰਪੋਰਟੈਂਟ ਕੁਐਸਚਨ ਪੁੱਛਿਆ ਕਿ ਕਿਸ ਤਰ੍ਹਾਂ ਫੈਲਦਾ ਹੈਗਾ ਕਿਉਂਕਿ ਆਪਾਂ ਜੇ ਫੈਲਣ ਦਾ ਤਰੀਕਾ ਲੱਭਾਂਗੇ ਕਿਸ ਤਰ੍ਹਾਂ ਫੈਲਦਾ ਤਾਂ ਹੀ ਆਪਾਂ ਬਚਾਅ ਕਰ ਪਾਵਾਂਗੇ ਸੋ ਫੈਲਣ ਦੇ ਕਈ ਤਰੀਕੇ ਹੈਗੇ ਸਭ ਤੋਂ ਇੰਪੋਰਟੈਂਟ ਚੀਜ਼ ਪੰਜਾਬ 'ਚ ਜਾਂ ਨੌਰਥ ਈਸਟਨ ਸਟੇਟ ਜਿਹੜੀਆਂ ਹੈਗੀਆਂ ਸਾਡੀ ਨਾਗਾਲੈਂਡ ਅਤੇ ਮਣੀਪੁਰ ਉਹਨਾਂ ਵਿੱਚ ਡਰੱਗਸ ਯੂਜ਼ਰ ਜਿਹੜੇ ਹੈਗੇ ਆ ਆਪਣੇ ਨਾੜੀਆਂ 'ਚ ਟੀਕੇ ਲਾਉਂਦੇ ਹੈਗੇ ਆ ਕਿਉਂਕਿ ਆਮ ਤੌਰ 'ਤੇ ਉਹ ਸਰਿੰਜ ਸੇਮ ਯੂਜ਼ ਕਰਦੇ ਹੈਗੇ ਵਾਰ ਵਾਰ ਇੱਕ ਬੰਦੇ ਨੇ ਸਰਿੰਜ ਭਰ ਲਈ ਉਹ 'ਚੋਂ ਬਾਕੀ ਜਿਹੜੇ ਗਰੁੱਪ ਦੇ ਬੰਦੇ ਹੁੰਦੇ ਟੀਕਾ ਲਾਉਂਦੇ ਰਹਿੰਦੇ ਹੈਗੇ ਆ ਐੱਚ ਆਈ ਵੀ ਦਾ ਜਿਹੜਾ ਵਾਇਰਸ ਹੈ ਇਨਸਾਨ ਤੋਂ ਇਨਸਾਨ ਨੂੰ ਹੁੰਦਾ ਇਨਸਾਨ ਤੋਂ ਇਨਸਾਨ ਤੋਂ ਹੁੰਦਾ ਉਹਦੇ 'ਚ ਤੁਸੀਂ ਪਹਿਲੀ ਪ੍ਰੈਫਰੈਂਸ ਇਹ ਦਿੱਤੀ ਹੈ ਵੀ ਸਭ ਤੋਂ ਜ਼ਿਆਦਾ ਚਾਂਸਿਸ ਜਿਹੜੇ ਡਰੱਗ ਅਡਿਕਟ ਹੈਗੇ ਨੇ ਜਾਂ ਜਿਹੜਾ ਨਸ਼ਾ ਕਰਦੇ ਨੇ ਜਾਂ ਜਿਹੜੇ ਕੁੜੀਆਂ ਉਹਨਾਂ 'ਚ ਇਹ ਚਾਂਸਿਸ ਜ਼ਿਆਦਾ ਉਹਨਾਂ 'ਚ ਬਹੁਤ ਜ਼ਿਆਦਾ ਚਾਂਸਿਸ ਹੈਗੇ ਕਿਉਂਕਿ ਬਲੱਡ ਦੇ ਥਰੂ ਸਿੱਧਾ ਵਾਇਰਸ ਅੰਦਰ ਚਲਾ ਜਾਂਦਾ ਹੈ ਜਿਹੜੇ ਟੀਕੇ ਲਗਾਉਂਦੇ ਆ ਟੀਕੇ ਲਾਉਂਦੇ ਹੈਗੇ ਹਾਂਜੀ ਬਿਲਕੁਲ ਸੈਕਿੰਡ ਨੰਬਰ ਤੇ ਸੈਕਸੁਅਲ ਟਰਾਂਸਮਿਸ਼ਨ ਹੁੰਦੀ ਹੈਗੀ ਆ ਸੋ ਕਈ ਮਲਟੀਪਲ ਸੈਕਸੁਅਲ ਪਾਰਟਨਰਸ ਹੁੰਦੇ ਉਹਨਾਂ ਦੇ ਵਿਦਆਊਟ ਕੌਂਡਮ ਯੂਜ਼ ਕਰਦੇ ਹੈਗੇ ਉਹ ਸੋ ਉਹਨਾਂ ਨੂੰ ਪੋਸੀਬਿਲਟੀ ਹੁੰਦੀ ਹੈ ਕਿ ਉਹਨਾਂ ਨੂੰ ਵੀ ਐੱਚ ਆਈ ਵੀ ਹੋ ਜਾਵੇ ਉਸ ਤੋਂ ਇਲਾਵਾ ਤੀਜਾ ਨੰਬਰ ਹੈ ਬਲੱਡ ਟਰਾਂਸਮਿਸ਼ਨ ਸਪੋਜ਼ ਕਰ ਲਓ ਬੰਦੇ ਦਾ ਐਕਸੀਡੈਂਟ ਹੋ ਗਿਆ ਐਮਰਜੈਂਸੀ ਬਲੱਡ ਦੀ ਲੋੜ ਪਈ ਹੈਗੀ ਆ ਸੋ ਕਈ ਵਾਰੀ ਅਨਰਜਿਸਟਰਡ ਬਲੱਡ ਬੈਂਕ ਹੁੰਦੀਆਂ ਹੈਗੀਆਂ ਜਾਂ ਕਿਸੇ ਥਾਂ ਤੋਂ ਉਹਦੇ ਹੀ ਪ੍ਰੋਫੈਸ਼ਨਲ ਡੋਨਰ ਤੋਂ ਬਲੱਡ ਲੈ ਲਿਆ ਉਹਨੇ ਸੋ ਪੋਸੀਬਿਲਟੀ ਆ ਕਿ ਉੱਥੇ ਵੀ ਇਨਫੈਕਸ਼ਨ ਉਹ ਬੋਡੀ 'ਚ ਚਲਾ ਜਾਵੇ ਪਰ ਡਾਕਟਰ ਸਾਹਿਬ ਜਿਹੜਾ ਬਲੱਡ ਟਰਾਂਸਫਿਊਜ਼ਨ ਦੇ ਵਿੱਚ ਦੇ ਬਲੱਡ ਨੂੰ ਟੈਸਟ ਕੀਤਾ ਜਾਂਦਾ ਹੈਗਾ ਤੇ ਫਿਰ ਵੀ ਉਹਦੇ 'ਚ ਚਾਂਸਿਸ ਹੁੰਦੇ ਨੇ ਵੀ ਇਹ ਜਿਹੜੀਆਂ ਰਜਿਸਟਰ ਬਲੱਡ ਬੈਂਕ ਸਰ ਹੈਗੀਆਂ ਸਾਡੇ ਜਿੰਨੀਆਂ ਵੀ ਪੰਜਾਬ 'ਚ ਹੈਗੀਆਂ ਉਹਨਾਂ 'ਚ ਪੂਰਾ ਟੈਸਟ ਕਰਕੇ ਬਲੱਡ ਲਾਇਆ ਜਾਂਦਾ ਹੈਗਾ ਉੱਤੇ ਲਿਖਿਆ ਹੁੰਦਾ ਐੱਚ ਆਈ ਵੀ ਨੈਗੇਟਿਵ ਸੋ ਆਪਾਂ ਨੂੰ ਜਦੋਂ ਵੀ ਬਲੱਡ ਲੈਣਾ ਹੈਗਾ ਆਪਾਂ ਦੇਖ ਲਈ ਕਿ ਉੱਤੇ ਲਿਖਿਆ ਹੋਇਆ ਹੈ ਐੱਚ ਆਈ ਵੀ ਨੈਗੇਟਿਵ ਬਲੱਡ ਹੈ ਜਾਂ ਨਹੀਂ ਹੈ ਤਾਂ ਆਪਾਂ ਲਵਾਈਏ ਉਸ ਤੋਂ ਅਗਲਾ ਕਾਰਨ ਜਿਹੜਾ ਹੈਗਾ ਸਪੋਜ਼ ਕਰ ਲਓ ਇੱਕ ਲੇਡੀ ਹੈਗੀ ਪ੍ਰੈਗਨੈਂਟ ਹੈਗੀ ਆ ਉਸ ਤੋਂ ਬਾਅਦ ਜਦੋਂ ਬੱਚੇ ਨੂੰ ਡਿਲੀਵਰੀ ਹੁੰਦੀ ਹੈਗੀ ਆ ਪੋਸੀਬਿਲਟੀ ਹੈ ਕਿ ਬੱਚਾ ਜਿਹੜਾ ਪੈਦਾ ਹੋਵੇ ਉਹ ਵੀ ਐੱਚ ਆਈ ਪੋਜ਼ਿਟਿਵ ਹੋਵੇ ਇਸ ਤੋਂ ਇਲਾਵਾ ਹੋਰ ਕਾਰਨ ਸਾਡੇ ਯੰਗਸਟਰ ਜਿਹੜੇ ਹੈਗੇ ਆ ਆਮ ਤੌਰ ਤੇ ਟੈਟੂਜ਼ ਵਗੈਰਾ ਬਣਾਉਣ ਲੱਗ ਪੈਂਦੇ ਆ ਕਿ ਖਾਸ ਕਰਕੇ ਮੇਲਿਆਂ ਵਿੱਚ ਜਾ ਕੇ ਨਵਾਂ ਟ੍ਰੈਂਡ ਅੱਜ ਕੱਲ ਬਹੁਤ ਚੱਲਿਆ ਹੋਇਆ ਵੀ ਟੈਟੂ ਬਣਾਓ ਮੇਲੇ 'ਚ ਚਲੇ ਗਏ ਟੈਟੂ ਬਣਾ ਲਓ ਜਾਂ ਅੱਜ ਕੱਲ ਟੈਟੂ ਸ਼ਾਪ ਬੜੀਆਂ ਖੁੱਲ ਚੁੱਕੀਆਂ ਹੋਈਆਂ ਜੀ ਸੋ ਟੈਟੂ ਵੀ ਇੱਕ ਬੜਾ ਇੰਪੋਰਟੈਂਟ ਕਾਰਨ ਆ ਕਿ ਆਪਾਂ ਐੱਚ ਆਈ ਵੀ ਸਪਰੈਡ ਕਰਨ ਵਿੱਚ ਖਾਸ ਕਰਕੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਮੇਲਿਆਂ ਜਾਂ ਵੈਸੇ ਵੀ ਜਿਹੜੇ ਵੱਡੇ ਵੱਡੇ ਸਿਟੀਜ਼ ਹੈਗੇ ਆ ਉਹਨਾਂ ਵਿੱਚ ਸ਼ਾਪਸ ਖੁੱਲ ਗਈਆਂ ਹੈਗੀਆਂ ਉੱਥੇ ਅਗੇ ਟੈਟੂਜ਼ ਬਣਾਉਂਦੇ ਹੈਗੇ ਕੋਸ਼ਿਸ਼ ਕਰੋ ਕਿ ਪਹਿਲਾਂ ਚੈੱਕ ਕਰ ਲਓ ਜੇ ਬਣਾਉਣੇ ਹੈਗੇ ਆ ਜਿਹੜਾ ਇੰਸਟਰੂਮੈਂਟ ਯੂਜ਼ ਕਰਦੇ ਉਹ ਸਟਰਲਾਈਜ਼ ਹੈਗਾ ਨੀਡਲ ਨਵੀਂ ਲਾਈ ਹੋਈ ਹੈਗੀ ਆ ਤਾਂ ਆਪਾਂ ਉਸ ਤੋਂ ਬਾਅਦ ਬਣਾਈਏ ਜੇ ਬਣਾਉਣੇ ਹੈਗੇ ਤਾਂ ਬਟ ਕੋਸ਼ਿਸ਼ ਕਰੋ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਅਵੋਇਡ ਕਰੀਏ ਠੀਕ ਹੈ ਅੱਛਾ ਨੌਜਵਾਨ ਡਾਕਟਰ ਨੇ ਬਹੁਤ ਹੀ ਇੰਪੋਰਟੈਂਟ ਗੱਲ ਦੱਸੀ ਹੈ ਵੀ ਇਹ ਸ਼ੌਂਕ ਹੈ ਵੀ ਟੈਟੂਜ਼ ਬਣ ਰਹੇ ਨੇ ਔਰ ਟੈਟੂ ਦੇ ਨਾਲ ਜਿਹੜੀ ਇਹ ਐੱਚ ਆਈ ਵੀ ਦੀ ਇਨਫੈਕਸ਼ਨ ਹੋ ਸਕਦੀ ਹੈ ਇਸ ਕਰਕੇ ਤੁਸੀਂ ਪਹਿਲਾਂ ਇਹ ਚੂ ਜ਼ਰੂਰ ਚੈੱਕ ਕਰੋ ਵੀ ਉਹ ਸਟਰਲਾਈਜ਼ ਹੈ ਨਵੀਆਂ ਸੂਈਆਂ ਨਾਲ ਟੈਟੂ ਬਣ ਰਿਹਾ ਕੀ ਹੈ ਅਤੇ ਕੀ ਨਹੀਂ ਹੈ ਅੱਛਾ ਡਾਕਟਰ ਸਾਹਿਬ ਅਸੀਂ ਆਮ ਤੌਰ 'ਤੇ ਜਿਹੜੇ ਹਰ ਤਰ੍ਹਾਂ ਦੇ ਪ੍ਰੋਫੈਸ਼ਨਲਸ ਹੁੰਦੇ ਨਾ ਸ਼ਹਿਰਾਂ ਦੀ ਆਬਾਦੀ ਅਲੱਗ ਹੈ ਪਿੰਡਾਂ ਦੀ ਆਬਾਦੀ ਅਲੱਗ ਹੈ ਅਤੇ ਕਿਹੜੇ ਕਿੱਤਾ ਮੁਖੀ ਜਿਹੜੇ ਲੋਕ ਹੈ ਉਹਨਾਂ ਦੇ ਵਿੱਚ ਐੱਚ ਆਈ ਵੀ ਦਾ ਵਿਸ਼ਾਣੂ ਜ਼ਿਆਦਾ ਵਾਇਰਸ ਜ਼ਿਆਦਾ ਪਾਇਆ ਜਾਂਦਾ ਜਾਂ ਸ਼ਹਿਰੀ ਆਬਾਦੀ 'ਚ ਜ਼ਿਆਦਾ ਪਾਇਆ ਜਾ ਰਿਹਾ ਜਾਂ ਪੇਂਡੂ ਆਬਾਦੀ 'ਚ ਜ਼ਿਆਦਾ ਪਾਇਆ ਜਾ ਰਿਹਾ ਜਾਂ ਕਿਹੜੇ ਕੰਮਕਾਜ ਕਰਨ ਵਾਲੇ ਲੋਕਾਂ 'ਚ ਜ਼ਿਆਦਾ ਪਾਇਆ ਸਰ ਜ਼ਿਆਦਾ ਡਿਫਰੈਂਸ ਨਹੀਂ ਹੈ ਬਟ ਇੱਕ ਸਾਡੇ ਵਾਸਤੇ ਇੱਕ ਕੈਟਾਗਰੀ ਹੈਗੀ ਹਾਈ ਰਿਸਕ ਗਰੁੱਪ ਜਿਹਨੂੰ ਕਹਿੰਦੇ ਹੈ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈਗਾ ਉਹ ਕਿਹੜੇ ਹੈਗੇ ਸਭ ਤੋਂ ਪਹਿਲਾਂ ਜਿਹੜੇ ਇੰਜੈਕਸ਼ਨ ਯੂਜ਼ ਕਰਦੇ ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕੀਤੀ ਇੱਕ ਹੀ ਸਿਰਿੰਜ ਨਾਲ ਪੰਜ ਬੰਦਿਆਂ ਨੂੰ ਇੰਜੈਕਸ਼ਨ ਲਾ ਲਿਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਪੋਸੀਬਿਲਟੀ ਹੁੰਦੀ ਟਰਾਂਸਮਿਸ਼ਨ ਦੀ ਠੀਕ ਹੈ ਸੈਕੰਡ ਕਈ ਵਾਰੀ ਜਿਹੜੇ ਸੈਕਸ ਵਰਕਰ ਹੈਗੇ ਖਾਸ ਕਰਕੇ ਬਾਹਲੀਆਂ ਸਟੇਟ ਵਿੱਚ ਕਲਕੱਤੇ ਵਿੱਚ ਕਈ ਇਸ ਤਰ੍ਹਾਂ ਦੇ ਰੈੱਡ ਲਾਈਟ ਏਰੀਏ ਹੈਗੇ ਦਿੱਲੀ ਵਿੱਚ ਹੈਗੇ ਰੈੱਡ ਲਾਈਟ ਏਰੀਏ ਉੱਥੇ ਟਰਾਂਸਮਿਸ਼ਨ ਕਾਫੀ ਹੁੰਦੀ ਹੈਗੀ ਔਰ ਉੱਥੇ ਜਿਹੜੇ ਕਲਾਇੰਟ ਹੁੰਦੇ ਬੰਦੇ ਜਾ ਕੇ ਉੱਥੇ ਵਿਜ਼ਿਟ ਕਰਦੇ ਹੈਗੇ ਆ ਸੈਕਸ ਵਰਕਰਾਂ ਕੋ ਉੱਥੇ ਆ ਕੇ ਉਹਨਾਂ ਨੂੰ ਪੋਸੀਬਿਲਟੀ ਹੁੰਦੀ ਟਰਾਂਸਮਿਸ਼ਨ ਜਿਹੜੇ ਟਰੱਕ ਡਰਾਈਵਰਸ ਹੈਗੇ
ਠੀਕ ਹੈ ਤੇ ਇਹ ਜਿਸ ਤਰ੍ਹਾਂ ਡਾਕਟਰ ਸਾਹਿਬ ਇਹਨਾਂ ਗੱਲਾਂ ਤੋਂ ਜਿਸ ਤਰ੍ਹਾਂ ਇੰਜੈਕਸ਼ਨ ਦਾ ਤੁਸੀਂ ਵਾਰ ਵਾਰ ਪਿੰਟ ਪੁਆਇੰਟ ਕਰ ਰਹੇ ਹੋ ਅਤੇ ਇਹ ਕਈ ਜਿਹੜੇ ਪਿੰਡਾਂ ਦੇ ਵਿੱਚ ਆਰ ਐਮ ਪੀ ਡਾਕਟਰਸ ਹੈ ਉਹ ਵੀ ਮਲਟੀਪਲ ਸਿਰਿੰਜ ਯੂਜ਼ ਕਰ ਲੈਂਦੇ ਉਹਦੇ 'ਚ ਵੀ ਇਸ ਤਰ੍ਹਾਂ ਟਰਾਂਸਮਿਸ਼ਨ ਹੋ ਸਕਦੀ ਹੈਗੀ ਪੋਸੀਬਿਲਟੀ ਹਮੇਸ਼ਾ ਰਹਿੰਦੀ ਸੋ ਸਾਡੇ ਵਾਸਤੇ ਟੀਕਾ ਲਵਾਉਣ ਤੋਂ ਵੀ ਪਹਿਲਾਂ ਸਾਡੇ ਵਾਸਤੇ ਬਿਲਕੁਲ ਅਲਰਟ ਹੋਣ ਦੀ ਲੋੜ ਆ ਜਦੋਂ ਵੀ ਆਪਾਂ ਟੀਕਾ ਲਾਉਣਾ ਕੋਸ਼ਿਸ਼ ਕਰੀਏ ਕਿ ਆਪਣੀ ਸਿਰਿੰਜ ਲੈ ਕੇ ਜਾਈਏ ਆਪਾਂ ਨਾਲ ਅੱਛਾ ਇਨ ਕੇਸ ਜੇ ਉੱਥੋਂ ਲਵਾਉਣੀ ਪੈ ਗਈ ਆਪਾਂ ਡਾਕਟਰ ਸਾਹਿਬ ਕੋਲ ਲਵਾਉਣੀ ਪੈ ਗਈ ਤਾਂ ਆਪਾਂ ਚੈੱਕ ਕਰ ਲਈਏ ਕਿ ਸਿਰਿੰਜ ਡਾਕਟਰ ਸਾਹਿਬ ਨਵੀਂ ਹੈ ਜਾਂ ਨਹੀਂ ਹੈਗੀ ਤਾਂ ਕਿ ਆਪਾਂ ਉਸ ਬਿਮਾਰੀ ਤੋਂ ਬਚ ਸਕੀਏ ਅੱਛਾ ਡਾਕਟਰ ਸਾਹਿਬ ਇਹ ਆਪਾਂ ਮੇਨ ਕਾਰਨ ਡਿਸਕਸ ਕਰ ਲਏ ਵੀ ਇੰਜੈਕਸ਼ਨ ਲੱਗਿਆਂ ਦਰਸ਼ਕ ਵੀ ਦੁਬਾਰਾ ਰਿਪੀਟ ਸੁਣ ਲੈਣ ਵੀ ਇਹ ਜਿਸ ਤਰ੍ਹਾਂ ਇੰਜੈਕਸ਼ਨ ਲੱਗਿਆਂ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਮਲਟੀਪਲ ਸੈਕਸ ਦੇ ਨਾਲ ਇਨਫੈਕਸ਼ਨ ਹੋ ਜਾਂਦੀ ਹੈ ਠੀਕ ਹੈ ਔਰ ਕੁਛ ਐਸੇ ਮਿਥਸ ਵੀ ਲੋਕਾਂ ਦੇ ਵਿੱਚ ਵਹਿਮ ਭਰਮ ਹੈਗੇ ਆ ਵੀ ਇਸ ਤਰੀਕੇ ਦੇ ਨਾਲ ਵੀ ਇਨਫੈਕਸ਼ਨ ਹੋ ਜਾਂਦੀ ਹੈ ਹੱਥ ਮਿਲਾਇਆ ਆਪਾਂ ਇਨਫੈਕਸ਼ਨ ਕਰ ਲਈਏ ਇਹ ਸਭ ਤੋਂ ਵੱਡਾ ਇਹਨੂੰ ਪਾਸੇ ਕਰ ਦੋ ਉਹਦੇ ਨਾਲ ਮਿਲੋ ਵਰਤੋਂ ਨਾ ਹਾਂਜੀ ਸਰ ਇਹ ਬਹੁਤ ਇੰਪੋਰਟੈਂਟ ਕੁਐਸਚਨ ਪੁੱਛਿਆ ਕਿਉਂਕਿ ਇਹ ਕਾਰਨ ਆ ਕਿ ਆਮ ਤੌਰ ਤੇ ਜਿਹੜੀ ਸਟਿਗਮਾ ਲੱਗਾ ਜਾਂ ਧੱਬਾ ਲੱਗ ਜਾਂਦਾ ਲੋਕਾਂ 'ਚ ਜਾਂ ਉਹਨੂੰ ਨਫ਼ਰਤ ਕਰਨ ਲੱਗ ਪੈਂਦੇ ਬੰਦੇ ਨੂੰ ਜੀ ਉਹਦਾ ਕਾਰਨ ਇਹ ਹੈ ਕਿ ਸਾਡੇ ਵਿੱਚ ਬੜੀਆਂ ਗਲਤ ਫਹਿਮੀਆਂ ਆ ਕਿ ਐਚ ਆਈ ਵੀ ਇਹਨਾਂ ਕਾਰਨਾਂ ਕਰਕੇ ਹੋ ਜਾਂਦੀ ਆ ਜੀ ਜਿਸ ਤਰ੍ਹਾਂ ਆਮ ਤੌਰ 'ਤੇ ਲੋਕਾਂ 'ਚ ਇੱਕ ਗਲਤ ਫਹਿਮੀ ਆ ਕਿ ਕਿਸੇ ਨੂੰ ਐਚ ਆਈ ਪੋਜ਼ੀਟਿਵ ਨੂੰ ਆਪਾਂ ਹੱਥ ਮਿਲਾ ਲਿਆ ਜਾਂ ਉਹਨਾਂ ਜੱਫੀ ਪਾਲੀ ਹਗਿੰਗ ਕਰ ਲਈ ਜਾਂ ਕਾਮਨ ਟੋਇਲਟ ਯੂਜ਼ ਕਰ ਲਈ ਜਾਂ ਉਹਦਾ ਫੋਨ ਯੂਜ਼ ਕਰ ਲਿਆ ਜਾਂ ਉਸ ਦੇ ਨਾਲ ਬੈਠ ਕੇ ਖਾਣਾ ਖਾ ਲਿਆ ਕਿ ਲੋਕਾਂ ਨੂੰ ਇਹ ਹੁੰਦਾ ਕਿ ਉਹਨਾਂ ਐਚ ਆਈ ਵੀ ਪੋਜ਼ੀਟਿਵ ਟਰਾਂਸਮਿਸ਼ਨ ਹੁੰਦੀ ਹੈਗੀ ਬਟ ਇਹਨਾਂ ਚੀਜ਼ਾਂ ਨਾਲ ਕਦੀ ਵੀ ਇਹਦੀ ਟਰਾਂਸਮਿਸ਼ਨ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਆਪਾਂ ਨੂੰ ਖੂਨ ਨਾਲ ਟੱਚ ਬਿਲਕੁਲ ਸਰ ਬਿਲਕੁਲ ਸੋ ਦਰਸ਼ਕੋ ਇਹ ਬਹੁਤ ਹੀ ਜ਼ਰੂਰੀ ਗੱਲ ਹੈ ਵੀ ਜੇ ਕਿਸੇ ਪਰਸਨ ਨੂੰ ਐਚ ਆਈ ਵੀ ਦਾ ਇਨਫੈਕਸ਼ਨ ਹੋ ਗਿਆ ਔਰ ਤੁਹਾਨੂੰ ਪਤਾ ਹੈ ਉਸ ਹਾਲਾਤ ਦੇ ਵਿੱਚ ਤੁਸੀਂ ਉਹਦੇ ਨਾਲ ਬਿਲਕੁਲ ਨੂੰ ਅਲੱਗ ਨਹੀਂ ਕਰਨਾ ਹੈ ਉਹਦੇ ਨਾਲ ਮਿਲ ਵਰਤਣਾ ਹੈ ਤਾਂ ਕਿ ਉਹ ਸੋਸ਼ਲੀ ਤੁਹਾਡੇ ਨਾਲ ਰਹੇ ਔਰ ਉਹਦਾ ਇਮੋਸ਼ਨਲ ਮੋਰਲ ਬੂਸਟ ਹੁੰਦਾ ਰਹੇ ਆਪਣੀ ਬਿਹਤਰ ਜ਼ਿੰਦਗੀ ਬਤੀਤ ਕਰਦਾ ਰਹੇ ਡਾਕਟਰ ਸਾਹਿਬ ਜਿਹੜਾ ਆਪਾਂ ਹੁਣ ਕਾਰਨ ਬੇਸਿਕਲੀ ਦੇਖ ਲਏ ਵੀ ਮੇਨ ਕਾਰਨ ਕਿਹੜੇ ਕਿਹੜੇ ਹੈਗੇ ਨੇ ਜਾਂ ਮਲਟੀਪਲ ਸੈਕਸ ਹੋ ਗਿਆ ਜਾਂ ਇੰਜੈਕਸ਼ਨਸ ਹੋ ਗਏ ਹੁਣ ਜੇ ਮੰਨ ਲਓ ਕੋਈ ਇਸ ਪੋਜੀਸ਼ਨ 'ਚੋਂ ਨਿਕਲ ਜਾਂਦਾ ਹੈਗਾ ਕਿ ਇਮੀਡੀਏਟਲੀ ਉਹਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਵੀ ਐਚ ਆਈ ਵੀ ਪੋਜ਼ੀਟਿਵ ਹੈ ਜਾਂ ਉਹਦੇ ਕੋਲ ਟੈਸਟ ਪਰਟੀਕੁਲਰ ਹੈ ਵੀ ਉਹ ਕਿੰਨੇ ਚਿਰ ਬਾਅਦ ਟੈਸਟ ਕਰਾਵੇ ਜੇ ਆਪਣਾ ਵੀ ਜੇ ਸੈਕਸ ਹੈ ਤੇ ਅਨਪ੍ਰੋਟੈਕਟਡ ਜਾਂ ਕੰਡਮ ਯੂਜ਼ ਨਹੀਂ ਕੀਤਾ ਤੇ ਉਹਦੇ ਵਿੱਚ ਉਹ ਟੈਸਟ ਕਿਦੋਂ ਕਰਾਵੇ ਜਾਂ ਕੋਈ ਖਾਸ ਟੈਸਟ ਹਾਂਜੀ ਬਿਲਕੁਲ ਸਰ ਬਹੁਤ ਵਧੀਆ ਕੁਐਸਚਨ ਆ ਕਿਉਂਕਿ ਆਮ ਤੌਰ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਕਿੱਥੋਂ ਟੈਸਟ ਕਰਾਉਣਾ ਔਰ ਕਈ ਵਾਰੀ ਉਹ ਲੋਕ ਜਾਂ ਉਹਨਾਂ ਨੂੰ ਉਹ ਕਰਾਉਂਦੇ ਹੈਗੇ ਟੈਸਟ ਜਾਂ ਸਲਾਹ ਲੈਣ ਦੇ ਕਈ ਵਾਰੀ ਇਸ ਤਰ੍ਹਾਂ ਦੀਆਂ ਥਾਵਾਂ ਤੋਂ ਮਿਸਗਾਈਡ ਹੋ ਜਾਂਦੇ ਹੈਗੇ ਆ ਅੱਛਾ ਸੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਟੈਸਟ ਹੁੰਦੇ ਕਿੱਥੇ ਹੈਗੇ ਆ ਸੋ ਸਾਡੇ ਸਰਕਾਰੀ ਹਸਪੀਟਲ ਫ੍ਰੀ ਆਫ ਕਾਸਟ ਟੈਸਟ ਕੀਤਾ ਜਾਂਦਾ ਹੈਗਾ ਟੈਸਟ ਕਰਨ ਵਾਸਤੇ ਉਹਦੇ ਆਈ ਸੀ ਟੀ ਸੀ ਸੈਂਟਰ ਸਾਡੇ ਬਣਿਆ ਹੋਇਆ ਸਿਵਲ ਹਸਪੀਟਲ 'ਚ ਸੋ ਉੱਥੇ ਟੈਸਟ ਕਰਾਉਣ ਤੋਂ ਪਹਿਲਾਂ ਬੰਦੇ ਦੀ ਕਾਉਂਸਲਿੰਗ ਕੀਤੀ ਜਾਂਦੀ ਹੈਗੀ ਆ ਇਨ ਕੇਸ ਜੇ ਬੰਦਾ ਪੋਜ਼ੀਟਿਵ ਆ ਗਿਆ ਤਾਂ ਕਿਸ ਤਰੀਕੇ ਨਾਲ ਉਹਨੇ ਆਪਣਾ ਮੈਂਟਲ ਬੈਲੈਂਸ ਜਾਂ ਆਪਣੇ ਆਪ ਨੂੰ ਉਹਨੇ ਰੱਖਣਾ ਸੰਭਾਲ ਕੇ ਰੱਖਣਾ ਸੋ ਉਹਦੇ ਵਾਸਤੇ ਕਾਉਂਸਲਿੰਗ ਪ੍ਰੀ ਟੈਸਟ ਕਾਉਂਸਲਿੰਗ ਹੁੰਦੀ ਹੈਗੀ ਆ ਉਹ ਕਰਾਉਂਦੇ ਹੈਗੇ ਸਾਡੇ ਸਿਵਲ ਹਸਪੀਟਲ ਕਾਉਂਸਲਰਸ ਹੈਗੇ ਆ ਉਸ ਤੋਂ ਬਾਅਦ ਉਹ ਟੈਸਟ ਕੀਤਾ ਜਾਂਦਾ ਹੈਗਾ ਔਰ ਟੈਸਟ ਕਰਨ ਦੇ ਬਾਅਦ ਜਦੋਂ ਰਿਜ਼ਲਟ ਆਉਂਦਾ ਹੈਗਾ ਉਸ ਤੋਂ ਬਾਅਦ ਵੀ ਇਹਦੀ ਪੋਸਟ ਟੈਸਟ ਕਾਉਂਸਲਿੰਗ ਹੁੰਦੀ ਹੈ ਤਾਂ ਕਿ ਬੰਦਾ ਆਪਣੇ ਕਿਸ ਤਰੀਕੇ ਨਾਲ ਉਹਨੇ ਰਹਿਣਾ ਹੈਗਾ ਕਿਸ ਤਰੀਕੇ ਨਾਲ ਦਵਾਈ ਲੈਣੀ ਹੈਗੀ ਕਿੱਥੋਂ ਮਿਲਣੀ ਹੈਗੀ ਆ ਉਹ ਪ੍ਰੋਪਰ ਗਾਈਡ ਕੀਤਾ ਜਾਂਦਾ ਫ੍ਰੀ ਆਫ ਕਾਸਟ ਉਸ ਤੋਂ ਬਾਅਦ ਜਿਹੜੀ ਡਰੱਗਸ ਮਿਲਦੀਆਂ ਹੈਗੀਆਂ ਸਾਡੇ ਏ ਆਰ ਟੀ ਸੈਂਟਰ ਵੀ ਹੈਗਾ ਸਿਵਲ ਹਸਪੀਟਲ ਫ੍ਰੀ ਆਫ ਕਾਸਟ ਡਰੱਗਸ ਮਿਲਦੀਆਂ ਹੈਗੀਆਂ ਉੱਥੇ ਭਾਵ ਇਹ ਹੈ ਵੀ ਜੇ ਕਿਸੇ ਨੂੰ ਕੋਈ ਸ਼ੱਕ ਹੋ ਰਿਹਾ ਹੈ ਉਹ ਪਹਿਲਾਂ ਜਿਹੜਾ ਵੀ ਗੌਰਮੈਂਟ ਹਸਪੀਟਲ ਲੱਗਾ ਉੱਥੇ ਜਾਵੇ ਬਿਲਕੁਲ ਬਾਕੀ ਉੱਥੇ ਗੌਰਮੈਂਟ ਹਸਪੀਟਲ ਵਾਲੇ ਉਹਨਾਂ ਨੂੰ ਸਹੀ ਗਾਈਡ ਕਰ ਦੇਣਗੇ ਬਿਲਕੁਲ ਤੇ ਡਾਕਟਰ ਸਾਹਿਬ ਉਹਦਾ ਨਾਮ ਵੀ ਕੋਈ ਗੁਪਤ ਰੱਖਿਆ ਜਾਂਦਾ ਤਾਂ ਕਿ ਕਈ ਉਹ ਇਹ ਹੁੰਦਾ ਵੀ ਮੇਰਾ ਨਾਮ ਨਾ ਬਾਹਰ ਨਿਕਲ ਜਾਵੇ ਕਿਤੇ ਹੋਵੇ ਜਾਂ ਕੀ ਨਹੀਂ ਹੈ ਬਿਲਕੁਲ ਸਰ ਇਹ ਤੁਹਾਡਾ ਇੰਪੋਰਟੈਂਟ ਕੁਐਸਚਨ ਹੈ ਲੋਕਾਂ 'ਚ ਥੋੜ੍ਹਾ ਡਰ ਹੁੰਦਾ ਕਿ ਮੇਰਾ ਨਾਂ ਨਾ ਪਤਾ ਲੱਗ ਜਾਵੇ ਦੂਸਰੇ ਬੰਦੇ ਸੋ ਕੌਨਫੀਡੈਂਸ਼ੀਅਲਟੀ ਜਿਹੜੀ ਹੁੰਦੀ ਆ ਗੁਪਤ ਉਹਦਾ ਬੰਦੇ ਦਾ ਨਾਂ ਰੱਖਿਆ ਜਾਂਦਾ ਯੂ ਆਈ ਡੀ ਨੰਬਰ ਦੇ ਦਿੱਤਾ ਜਾਂਦਾ ਹਾਂ ਵੀ ਉਹਦੇ ਬੇਸਿਸ 'ਤੇ ਉਹ ਟੈਸਟ ਦੀ ਰਿਪੋਰਟ ਲੈ ਸਕਦਾ ਕੋਈ ਵੀ ਜਾ ਕੇ ਅਤੇ ਪਤਾ ਲੱਗ ਜਾਂਦਾ ਉਹਨੂੰ ਮੇਰਾ ਟੈਸਟ ਪੋਜ਼ੀਟਿਵ ਜਾਂ ਨੈਗੇਟਿਵ ਹੈ ਸੋ ਉਹਦੀ ਕੌਨਫੀਡੈਂਸ਼ੀਅਲ ਜਾਂ ਸੀਕ੍ਰੇਟ ਪ੍ਰੋਪਰਲੀ ਮੇਨਟੇਨ ਕੀਤਾ ਜਾਂਦਾ ਕਿਸੇ ਬੰਦੇ ਨੂੰ ਦੱਸਿਆ ਨਹੀਂ ਜਾਂਦਾ ਆਮ ਤੌਰ 'ਤੇ ਉਸੇ ਬੰਦੇ ਨੂੰ ਦੱਸਿਆ ਜਾਂਦਾ ਜਿਹੜੇ ਬੰਦੇ ਦਾ ਟੈਸਟ ਕੀਤਾ ਜਾਂਦਾ ਹੈ ਕਿ ਪੋਜ਼ੀਟਿਵ ਹੈ ਜਾਂ ਨੈਗੇਟਿਵ ਕੋਈ ਲੰਬਾ ਚੌੜਾ ਟੈਸਟ ਹੈ ਜਾਂ ਬਹੁਤ ਦਿਨਾਂ ਬਾਅਦ ਰਿਪੋਰਟ ਆਉਂਦੀ ਕਿਹੜਾ ਕਿਹੜਾ ਟੈਸਟ ਹੁੰਦਾ ਬੇਸਿਕਲੀ ਇਹ ਨਹੀਂ ਸਰ ਦੋ ਤਰ੍ਹਾਂ ਦੇ ਟੈਸਟ ਹੁੰਦੇ ਸਭ ਤੋਂ ਪਹਿਲਾਂ ਇੱਕ ਰੈਪਿਡ ਸਕਰੀਨਿੰਗ ਟੈਸਟ ਹੁੰਦੇ ਹੈਗੇ ਆ ਉਸ ਜੇ ਉਹ ਪੋਜ਼ੀਟਿਵ ਆ ਗਿਆ ਜੀ ਉਸ ਤੋਂ ਬਾਅਦ ਇੱਕ ਕਨਫਰਮੇਟਰੀ ਟੈਸਟ ਕਰਦੇ ਹੈਗੇ ਵੈਸਟਰਨ ਬਲੱਡ ਟੈਸਟ ਜਿਹੜਾ ਹੁੰਦਾ ਹੈਗਾ ਸੋ ਰਿਪੋਰਟ ਬੜੀ ਜਲਦੀ ਮਿਲ ਜਾਂਦੀ ਹੈਗੀ ਜ਼ਿਆਦਾ ਵੇਟ ਕਰਨ ਦੀ ਲੋੜ ਨਹੀਂ ਹੈਗੀ ਸੋ ਇਸ ਕਰਕੇ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਵੀ ਡਾਊਟ ਹੋਵੇ ਆਪਣੇ ਮਾਈਂਡ 'ਚ ਕਿ ਮੈਂ ਉੱਥੋਂ ਇੰਜੈਕਸ਼ਨ ਲਾਇਆ ਸੀ ਜਾਂ ਐਕਸੀਡੈਂਟ ਦਾ ਪੇਸ਼ੈਂਟ ਕੋਈ ਚੁੱਕਿਆ ਸੀ ਅਤੇ ਮੇਰੇ ਬਲੱਡ ਨਾਲ ਲੱਗਿਆ ਹੋਵੇ ਸੋ ਆਪਾਂ ਬਿਨਾਂ ਝਿਜਕ ਸਿਵਲ ਹਸਪੀਟਲ ਆ ਕੇ ਆਈ ਸੀ ਟੀ ਸੀ ਸੈਂਟਰ ਜਿਹੜੇ ਸਾਡੇ ਹੈਗੇ ਆ ਉੱਥੇ ਕੌਂਸਲਰ ਨੂੰ ਮਿਲ ਕੇ ਆਪਾਂ ਟੈਸਟ ਕਰਾਈਏ ਤਾਂ ਕਿ ਆਪਾਂ ਪ੍ਰੋਪਰਲੀ ਗਾਈਡ ਆਪਾਂ ਹੋ ਸਕੀਏ ਤਾਂ ਕਿ ਆਪਾਂ ਆਪਣੇ ਆਪ ਨੂੰ ਆਪਣੀ ਫੈਮਿਲੀ ਮੈਂਬਰ ਨੂੰ ਬਚਾ ਸਕੀਏ
ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹਦਾ ਟੈਸਟ ਦਾ ਜਿਹੜਾ ਬਾਡੀ ਦੇ ਅੰਦਰ ਅਲਾਮਤ ਹੈ ਕਾਫੀ ਟਾਈਮ ਬਾਅਦ ਆਉਂਦੀਆਂ, ਇਹ ਇਮੀਡੀਏਟਲੀ ਉਹਦਾ ਟੈਸਟ ਪੋਜ਼ਿਟਿਵ ਆ ਜਾਂਦਾ ਹੈ ਜਾਂ ਉਹਨੂੰ ਰਿਪੀਟਡਲੀ ਬਾਰ ਬਾਰ ਟੈਸਟ ਕਰਾਉਣੇ ਪੈਂਦੇ? ਔਰ ਕਿੰਨੇ ਚਿਰ ਪਹਿਲਾਂ ਟੈਸਟ ਉਹ ਕਿੰਨੇ ਚਿਰ ਬਾਅਦ ਕਰਵਾਵੇ? ਬਿਲਕੁਲ ਠੀਕ ਹੈ ਸਰ, ਕਈ ਵਾਰੀ ਹੁੰਦਾ ਕਿ ਆਪਾਂ ਅੱਜ ਮੈਂ ਬਲੱਡ ਲਵਾਇਆ ਅਤੇ ਮੈਂ ਆਪ ਕੋਸ਼ਿਸ਼ ਕਰਾਂਗੇ ਅਗਲੇ ਦਿਨ ਟੈਸਟ ਕਰਾ ਲਏ ਪੋਜ਼ਿਟਿਵ ਆ ਜਾਵੇ, ਸੋ ਇਸ ਤਰ੍ਹਾਂ ਨਹੀਂ ਹੁੰਦਾ। ਸਾਡੀ ਬਾਡੀ 'ਚ ਜਦੋਂ ਐਂਟੀਜਨ ਵੜਦਾ, ਵਾਇਰਸ ਵੜ ਗਿਆ, ਉਹ ਟਾਈਮ ਲੱਗਦਾ ਐਂਟੀਬੋਡੀਜ਼ ਦਾ ਲੈਵਲ ਬਣਨ ਨੂੰ, ਉਸ ਤੋਂ ਬਾਅਦ ਉਹ ਪੋਜ਼ਿਟਿਵ ਆਉਂਦਾ ਹੁੰਦਾ। ਜਿੰਨੀ ਦੇਰ ਉਹ ਪੋਜ਼ਿਟਿਵ ਬੰਦਾ ਨੈਗੇਟਿਵ ਹੈਗਾ ਉਹਨੂੰ ਵਿੰਡੋ ਪੀਰੀਅਡ ਆਪਾਂ ਕਹਿੰਦੇ ਹੈਗੇ ਹਾਂ, ਸੋ ਵਿੰਡੋ ਪੀਰੀਅਡ ਇਜ਼ ਵੈਰੀ ਇੰਪੋਰਟੈਂਟ ਕਿ ਬੰਦਾ ਉਸ ਟਾਈਮ 'ਚੋਂ ਨੈਗੇਟਿਵ ਆਉਂਦਾ ਹੈਗਾ। ਸੋ ਖਾਸ ਕਰਕੇ ਆਪਾਂ 3 ਮਹੀਨੇ ਦਾ ਟਾਈਮ ਮੰਗਦੇ ਹੈਗੇ ਹਾਂ, ਉਹਦੇ ਵਿੱਚ ਉਸ ਤੋਂ ਬਾਅਦ ਬੰਦਾ ਪੋਜ਼ਿਟਿਵ ਆ ਹੀ ਜਾਂਦਾ, ਐਂਟੀਬੋਡੀ ਲੈਵਲ ਪ੍ਰੋਪਰ ਪਹੁੰਚ ਜਾਂਦਾ ਹੈਗਾ। ਬਟ ਫਿਰ ਵੀ ਵਾਰ ਵਾਰ ਟੈਸਟ ਕਰਾਈਏ ਆਪਾਂ 3 ਮਹੀਨੇ, ਮੈਕਸੀਮਮ 6 ਮਹੀਨੇ ਦੇ ਬਾਅਦ ਜੇ ਬੰਦਾ ਨੈਗੇਟਿਵ ਆ ਜਾਂਦਾ ਹੈਗਾ ਤਾਂ ਆਪਾਂ ਉਹਨੂੰ ਨੈਗੇਟਿਵ ਲੇਬਲ ਕਰ ਦਿੰਦੇ ਹੈਗੇ। ਸੋ ਕਹਿੰਦਾ ਭਾਵ ਹੈ ਵੀ ਪਹਿਲਾਂ ਟੈਸਟ ਮਹੀਨੇ ਬਾਅਦ ਕਰਾਵੇ, ਫਿਰ ਮਹੀਨੇ ਬਾਅਦ ਟੈਸਟ ਕਰਾਵੇ, ਲਗਾਤਾਰ 6 ਮਹੀਨੇ। 3 ਮਹੀਨੇ ਜੇ, ਹਾਂਜੀ 3 ਮਹੀਨੇ ਤੱਕ ਜੇ ਬੰਦਾ ਨੈਗੇਟਿਵ ਆਉਂਦਾ ਹੈਗਾ, ਜੇ 3 ਮਹੀਨੇ 'ਚ ਪੋਜ਼ਿਟਿਵ ਹੋ ਗਿਆ ਫਿਰ ਕਰਾਉਣ ਦੀ ਲੋੜ ਨਹੀਂ ਕੋਈ ਵੀ। ਹਾਂ ਨਹੀਂ, ਚਲੋ ਫਿਰ ਤਾਂ ਕਨਫਰਮ ਹੋ ਹੀ ਗਿਆ ਨਾ। 3 ਮਹੀਨੇ ਤੋਂ ਬਾਅਦ ਵੀ ਨੈਗੇਟਿਵ ਆ ਰਿਹਾ, ਬੰਦੇ ਨੂੰ ਸੀ ਕਿ ਮੈਂ ਇਸ ਤਰ੍ਹਾਂ ਦਾ ਅਨਸੇਫ ਬਿਹੇਵੀਅਰ ਕੀਤਾ ਸੀ ਜਾਂ ਮੈਨੂੰ ਲੱਗਦਾ ਕਿ ਮੇਰੇ ਨੀਡਲ ਇੰਜਰੀ ਹੋ ਗਈ ਆ, ਆਪਾਂ 6 ਮਹੀਨੇ ਤੱਕ ਆਪਾਂ ਟੈਸਟ ਕਰਾ ਕੇ ਰੂਲ ਆਊਟ ਕਰਾ ਸਕਦੇ ਹਾਂ ਵਾਇਰਸ ਹੈ ਜਾਂ ਨਹੀਂ ਸੀ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਇੱਕ ਗੱਲ ਦੇ ਵਿੱਚ ਇੱਕ ਗੱਲ ਕੀਤੀ ਬੜੀ ਇੰਪੋਰਟੈਂਟ, ਜਿੱਦਾਂ ਰੋਡ ਸਾਈਡ ਕੋਈ ਐਕਸੀਡੈਂਟ ਹੋ ਗਿਆ, ਉੱਥੇ ਕਿਸੇ ਜਿਹੜਾ ਜਿਹਦਾ ਐਕਸੀਡੈਂਟ ਹੋਇਆ ਤਾਂ ਖੂਨ ਨਿਕਲਿਆ, ਅਸੀਂ ਉਹਦੀ ਦੇਖ ਰੇਖ ਕਰਨ ਲਈ ਜਾਂ ਉਹਦਾ ਨੁਕਸਾਨ ਜਾਨੀ ਨੁਕਸਾਨ ਨਾ ਆਵੇ ਅਸੀਂ ਉਹਦੀ ਮਦਦ ਕਰਨ ਲਈ ਉਹਨੂੰ ਹੱਥ ਲਗਾ ਦਿੰਦੇ ਹਾਂ, ਔਰ ਜੇ ਸਾਡੇ ਹੱਥਾਂ ਨੂੰ ਖੂਨ ਲੱਗ ਜਾਂਦਾ ਹੈ ਉਸ ਹਾਲਾਤ ਦੇ ਵਿੱਚ, ਸਾਨੂੰ ਨਹੀਂ ਪਤਾ ਵੀ ਉਹਨੂੰ HIV ਹੈ ਕਿ ਨਹੀਂ ਹੈ ਜਾਂ ਕੋਈ ਹੋਰ ਬਿਮਾਰੀ ਹੈ ਕਿ ਨਹੀਂ ਹੈ, ਸਾਨੂੰ ਕੀ ਕਰਨਾ ਚਾਹੀਦਾ ਉਸ ਹਾਲਾਤ ਦੇ ਵਿੱਚ? ਬੜੀ ਇੰਪੋਰਟੈਂਟ ਕੁਐਸਚਨ ਆ, ਆਮ ਤੌਰ ਤੇ ਲਈਏ ਜਾਂ ਕੀ ਕਰੀਏ? ਨਹੀਂ, ਸਾਡਾ ਫਰਜ਼ ਪਹਿਲਾਂ ਬੰਦਾ ਕਿ ਜਦੋਂ ਵੀ ਬੰਦਾ ਐਕਸੀਡੈਂਟ ਹੋਇਆ ਤਾਂ ਉਹਦੀ ਹੈਲਪ ਕਰਨੀ। ਆਮ ਤੌਰ ਤੇ ਲੋਕ ਅਵੋਇਡ ਕਰ ਜਾਂਦੇ ਕਿ ਬੰਦਾ ਯਾਰ ਐਕਸੀਡੈਂਟ ਹੋਇਆ ਚਲੋ ਅੱਗੇ ਲੰਘ ਜਾਂਦੇ ਹਾਂ, ਸੋ ਸਾਡਾ ਪਹਿਲਾ ਫਰਜ਼ ਆ ਕਿ ਬੰਦਾ ਜਦੋਂ ਵੀ ਐਕਸੀਡੈਂਟ ਆਪਾਂ ਨੂੰ ਮਿਲਿਆ ਉਹਦੀ ਹੈਲਪ ਕਰੀਏ ਕਿਸੇ ਨਾ ਕਿਸੇ ਤਰੀਕੇ ਨਾਲ। ਔਰ ਪੋਸੀਬਿਲਟੀ ਹੁੰਦੀ ਕਿ HIV ਵਾਇਰਸ ਸਾਡੇ 'ਚ ਬੜੇ ਆ, ਜੇ ਸਾਡੇ ਵਿੱਚ ਇੰਜਰੀ ਆ, ਸਾਡੇ 'ਚ ਰਗੜਾਂ ਲੱਗੀਆਂ ਜਾਂ ਕੋਈ ਸਾਡੇ ਹੱਥਾਂ ਪੈਰਾਂ 'ਚ ਕੋਈ ਇੰਜਰੀ ਹੋਈ ਆ, ਉਹਦੇ 'ਚ ਪੋਸੀਬਿਲਟੀ ਹੁੰਦੀ ਟਰਾਂਸਮਿਸ਼ਨ ਦੀ, ਅਦਰਵਾਈਜ਼ ਟਰਾਂਸਮਿਸ਼ਨ ਦੀ ਪੋਸੀਬਿਲਟੀ ਨਹੀਂ ਆ। ਪਰ ਫਿਰ ਵੀ ਉਸ ਚੀਜ਼ ਨੂੰ ਰੂਲ ਆਊਟ ਕਰਨ ਲਈ ਕਿ ਆਪਾਂ ਨੂੰ ਬੰਦੇ ਦਾ ਸਟੇਟਸ ਨਹੀਂ ਪਤਾ ਸੀ ਉਹ ਪੋਜ਼ਿਟਿਵ ਸੀਗੀ ਜਾਂ ਨੈਗੇਟਿਵ ਸੀਗਾ, ਕਿਉਂਕਿ ਅਸੀਂ ਵੀ ਰਹੀ ਹਾਂ ਤੇ ਨਹੀਂ ਪਤਾ ਹੁੰਦਾ ਨਾ ਉਹਨੂੰ ਫੋਲੋ ਕਰ ਪਾਈਦਾ। ਹਾਂ, ਆਪਾਂ ਉਸ ਚੀਜ਼ ਨੂੰ ਰੂਲ ਆਊਟ ਕਰਾਉਣ ਲਈ ਆਪਾਂ ਆਪਣਾ ਬਲੱਡ ਦਾ ਟੈਸਟ ਕਰਵਾ ਸਕਦੇ ਹਾਂ ICTC ਸੈਂਟਰ ਵਿੱਚ ਤਾਂ ਕਿ ਆਪਾਂ ਆਪਣੇ ਨੂੰ ਰੂਲ ਆਊਟ ਕਰਾ ਸਕੀਏ। ਬਟ ਜੇ ਫਿਰ ਵੀ ਆਪਾਂ ਨੂੰ ਡਾਊਟ ਆ ਕਿ ਬੰਦਾ ਪੋਜ਼ਿਟਿਵ ਸੀ ਤਾਂ ਸਾਡੇ ਐਮਰਜੈਂਸੀ ਵਿੱਚ ਇਹਦਾ ਫ੍ਰੀ ਆਫ ਕੋਸਟ ਟ੍ਰੀਟਮੈਂਟ ਮਿਲਦਾ ਹੈਗਾ। ਅੱਛਾ, ਉਹ 72 ਘੰਟੇ ਦੇ ਵਿੱਚ ਆਪਾਂ ਦਵਾਈ ਲੈਣੀ ਹੁੰਦੀ ਹੈਗੀ ਆ, ਠੀਕ ਹੈ, ਮਲਟੀਪਲ ਡਰੱਗਸ ਹੁੰਦੀਆਂ ਹੈਗੀਆਂ ਤਾਂ ਕਿ ਆਪਾਂ ਆਪਣੇ ਨੂੰ ਬਚਾ ਸਕੀਏ। ਕਿੰਨਾ ਚਿਰ ਖਾਣੀ ਪੈਂਦੀ? ਅਪਰੋਕਸੀਮੇਟਲੀ 1 ਮਹੀਨਾ ਲੈਣੀ ਹੁੰਦੀ ਹੈ ਜੀ, ਉਸ ਤੋਂ ਬਾਅਦ ਆਪਾਂ ਟੈਸਟ ਕਰਵਾਈਏ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ। ਪਹਿਲੇ ਦਰਸ਼ਕੋ, ਡਾਕਟਰ ਸਾਹਿਬ ਨੇ ਬਹੁਤ ਹੀ ਇੰਪੋਰਟੈਂਟ ਗੱਲ ਦੱਸੀ ਹੈ ਵੀ ਜੇ ਰੋਡ ਸਾਈਡ ਕੋਈ ਐਕਸੀਡੈਂਟ ਹੋ ਗਿਆ ਔਰ ਇਹਦੇ ਖੂਨ ਤੁਹਾਡੇ ਹੱਥਾਂ ਦੇ ਨਾਲ ਜਾਂ ਤੁਹਾਡੀ ਬਾਡੀ ਦੇ ਨਾਲ ਸਕਿਨ ਦੇ ਨਾਲ ਟੱਚ ਹੋ ਗਿਆ ਤੇ ਉਸ ਹਾਲਾਤ ਦੇ ਵਿੱਚ ਤੁਸੀਂ ਇਮੀਡੀਏਟਲੀ ਉਸੇ ਦਿਨ ਹੀ ਜਿਹੜਾ ਨੇੜੇ ਦਾ ਸਰਕਾਰੀ ਹਸਪੀਟਲ ਉੱਥੇ ਜਾ ਕੇ ਤੁਸੀਂ ਸੰਪਰਕ ਕਰੋ ਔਰ ਉਹਨਾਂ ਨੂੰ ਸਾਰੀ ਗੱਲ ਦੱਸੋ ਔਰ ਤੁਹਾਨੂੰ ਪ੍ਰੋਪਰ ਦਵਾਈ ਦੇਣਗੇ ਜਿਹੜੀ ਕਿ 1 ਮਹੀਨਾ ਦਵਾਈ ਚੱਲੇਗੀ। ਔਰ ਇਤਿਹਾਦ ਦੇ ਤੌਰ 'ਤੇ ਇੱਕ ਇਹ ਵੀ ਹੈ ਵੀ ਤੁਸੀਂ ਆਪਣੇ ਜਿਹੜਾ ਵੀ ਵਹੀਕਲ ਹੈਗਾ ਉਹ 'ਚ ਐਮਰਜੈਂਸੀ ਕਿੱਟ ਹਰ ਵਹੀਕਲ ਦੇ ਵਿੱਚ ਹੁੰਦੀ ਹੈ, ਉਹਦੇ ਵਿੱਚ ਤੁਸੀਂ ਇੱਕ ਗਲਵਸ ਦਾ ਪੇਅਰ ਵੀ ਰੱਖ ਸਕਦੇ ਹੋ, ਗਲਵਸ ਜਿਹੜੇ ਦਸਤਾਨੇ ਆ ਉਹ ਵੀ ਤੁਸੀਂ ਰੱਖ ਸਕਦੇ ਹੋ ਤਾਂ ਕਿ ਕੋਈ ਜੇ ਹਰਾਬ ਨਾ ਕਰੇ ਕੋਈ ਹਾਲਾਤ ਜੇ ਤੁਹਾਨੂੰ ਪੈਂਦੇ ਹੋ ਤੁਸੀਂ ਇਸ ਤਰ੍ਹਾਂ ਪੈਂਦੇ ਹੋ ਤੇ ਤੁਸੀਂ ਗਲਵਸ ਨੂੰ ਯੂਜ਼ ਕਰੋ। ਡਾਕਟਰ ਸਾਹਿਬ, ਜਿਹੜਾ ਤੁਸੀਂ ਗੱਲ ਕੀਤੀ ਹੈ ਵੀ 1 ਮਹੀਨਾ ਇਨ ਕੇਸ ਵੀ ਡਾਊਟ ਦੇ ਵਿੱਚ ਅਸੀਂ ਦਵਾਈ ਦਿੰਦੇ ਹਾਂ, ਪਰ ਜਿਹੜਾ ਮਰੀਜ਼ ਨੂੰ HIV ਪੋਜ਼ਿਟਿਵ ਆ ਗਿਆ ਉਹਨੂੰ ਫਿਰ ਕੀ ਦਵਾਈ ਖਾਣੀ ਪੈਂਦੀ? ਕੀ ਉਹ ਬਹੁਤ ਕੀਮਤੀ ਹੈ ਜਾਂ ਉਹ ਸਰਕਾਰੀ ਹਸਪਤਾਲ ਤੇ ਪਹੁੰਚ ਗਿਆ? ਸਰਕਾਰੀ ਹਸਪਤਾਲ ਕੀ ਫ੍ਰੀ ਹੈ ਦਵਾਈ? ਸਰਕਾਰੀ ਹਸਪਤਾਲ ਸਰ ICT ਸੈਂਟਰ 'ਚ ਆਪਾਂ ਟੈਸਟ ਕਰਾਂਗੇ ਬੰਦਾ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈਗਾ, ਉਸ ਤੋਂ ਬਾਅਦ ਕਾਉਂਸਲਰ ਸਾਡੇ ਗਾਈਡ ਕਰਦੇ ਹੈਗੇ ਦਵਾਈ ਕਿੱਥੋਂ ਮਿਲਣੀ ਹੈਗੀ ਆ। ਅੱਛਾ, ਉਹ ਸੈਂਟਰ ਦਾ ਨਾਮ ਹੁੰਦਾ ਐਂਟੀ ਰੈਟਰੋਵਾਇਰਲ ਟ੍ਰੀਟਮੈਂਟ ਸੈਂਟਰ, ART ਸੈਂਟਰ ਕਹਿੰਦੇ ਹੈਗੇ ਆ, ਆਮ ਤੌਰ 'ਤੇ ਵੱਡੇ ਅੱਖਰਾਂ ਵਿੱਚ ਲਿਖਿਆ ਵੀ ਹੁੰਦਾ ਸਿਵਲ ਹਸਪਤਾਲ 'ਚ ਕਿੱਥੇ ਹੈਗਾ ART ਸੈਂਟਰ। ਸੋ ਉੱਥੋਂ ਜਾ ਕੇ ਆਪਾਂ ਦਵਾਈ ਲੈਣੀ ਹੈਗੀ, ਉੱਥੇ ਡਾਕਟਰ ਸਾਡੇ ਬੈਠੇ ਹੈਗੇ ਆ, ਬੜੇ ਮਾਹਰ ਡਾਕਟਰ ਹੈਗੇ HIV ਦੇ। ਸੋ ਉੱਥੇ ਜਾ ਕੇ ਆਪਾਂ ਦਵਾਈ ਲੈਣੀ, ਮਲਟੀਪਲ ਡਰੱਗਸ ਹੁੰਦੀਆਂ ਉੱਥੋਂ ਆਪਾਂ ਲਗਾਤਾਰ ਦਵਾਈ ਲੈਣੀ ਹੈ, ਕੁਛ ਇਹ ਨਹੀਂ ਕਿ ਆਪਾਂ ਹਫ਼ਤਾ 10 ਦਿਨ ਦਵਾਈ ਲਈ ਤਾਂ ਬੰਦ ਕਰ ਦਈਏ। ਸੋ ਲਗਾਤਾਰ ਦਵਾਈ ਲੈਣੀ ਬੜੀ ਜ਼ਰੂਰੀ ਆ, ਉਹਦੇ ਨਾਲ ਹੀ ਜੀ ਆਪਣੀ ਡਾਈਟ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ, ਪ੍ਰੋਪਰ ਆਪਾਂ ਘਰ ਦੀ ਬਣੀ ਹੋਈ ਡਾਈਟ ਖਾਈਏ, ਫਲ ਫਰੂਟ ਖਾਈਏ, ਔਰ ਆਪਣੀ ਜੋ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਡਰੱਗਸ ਵਗੈਰਾ ਲੈਂਦੇ ਹਾਂ ਜਾਂ ਅਲਕੋਹਲ ਲੈਂਦੇ ਹਾਂ, ਟਬੈਕੋ ਯੂਜ਼ ਕਰਦੇ ਹਾਂ, ਇਹਨਾਂ ਚੀਜ਼ਾਂ ਤੋਂ ਬਿਲਕੁਲ ਦੂਰ ਹੋ ਜਾਈਏ ਤਾਂ ਕਿ ਆਪਾਂ ਸਿੰਪਲ ਲਾਈਫ ਜੀਣ ਦੇ ਨਾਲ ਨਾਲ ਇਹਨਾਂ ਦਵਾਈਆਂ ਦਾ ਪ੍ਰੋਪਰ ਅਸਰ ਹੋ ਜਾਵੇ ਸਾਡੇ 'ਤੇ। ਅਤੇ ਇਹ ਦਵਾਈ ਥਰੂ ਆਊਟ ਲਾਈਫ ਸਾਰੀ ਜ਼ਿੰਦਗੀ ਖਾਣੀ ਪੈਂਦੀ? ਬਿਲਕੁਲ ਸਰ, ਜਿਸ ਤਰ੍ਹਾਂ ਦੱਸਿਆ ਕਿ ਇੱਕ ਵਾਰੀ ਵਾਇਰਸ ਸਾਡੇ ਸਰੀਰ 'ਚ ਚਲੀ ਗਈ
ਉਹਦੇ ਕਰਕੇ ਕਈ ਵਾਰੀ ਹੁੰਦਾ ਕਿ ਮਾਰਕੀਟ 'ਚ ਆਪਾਂ ਲੈਣ ਲੱਗ ਪੈਂਦੇ ਕਈ ਵਾਰੀ ਡਰੱਗਸ ਕਿਸੇ ਨੂੰ ਪਤਾ ਨਾ ਲੱਗੇ, ਬਟ ਉਹ ਆਪਾਂ ਲੰਬਾ ਟਾਈਮ ਉਹ ਦਵਾਈ ਲੈ ਨਹੀਂ ਸਕਦੇ ਹੈਗੇ, ਉਹਦੇ ਕਰਕੇ ਆਪਣਾ ਬ੍ਰੇਕ ਹੋ ਜਾਂਦਾ, ਕੰਪਲਾਈਂਸ ਪ੍ਰੋਪਰ ਨਹੀਂ ਹੁੰਦੀ ਆ, ਔਰ ਸਾਡਾ ਉਹ ਦਵਾਈ ਅਸਰ ਕਰਨਾ ਬੰਦ ਕਰ ਜਾਂਦੀ ਆ, ਔਰ ਸਾਡੀ ਕੁਆਲਿਟੀ ਆਫ ਲਾਈਫ ਜਾਂ ਸਾਡੀ ਲਾਈਫ ਜਿਹੜੀ ਆ ਉਹ ਘੱਟ ਜਾਂਦੀ ਕਾਫੀ। ਜਿਸ ਤਰ੍ਹਾਂ ਟੀਬੀ ਦੀ ਦਵਾਈ ਆਪਾਂ 6 ਮਹੀਨੇ ਜਾਂ 9 ਮਹੀਨੇ ਖਾਂਦੇ ਹਾਂ, ਇਹਦੀ ਦਵਾਈ ਤੁਸੀਂ ਸਾਰੀ ਉਮਰ ਖਾਣੀ, ਪੂਰੀ ਉਮਰ ਲੈਣੀ ਪੈਣੀ ਹੈ ਜੀ, ਬਿਲਕੁਲ। ਅਤੇ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਵਿੱਚ ਕੀਤੀ ਵੀ ਉਹ ਅੱਛੀ ਡਾਈਟ ਖਾਵੇ, ਡਾਈਟ ਦੇ ਨਾਲ ਇਹਦਾ ਕੀ ਰੋਲ ਹੈ ਕਿ ਯੋਗਾ ਦੇ ਨਾਲ ਹੁਣ ਯੋਗਾ ਡੇ ਵੀ ਆ ਰਿਹਾ ਜੀ, ਅਤੇ ਉਹਦਾ ਕੀ ਰਿਲੇਸ਼ਨ ਹੈ, ਕੀ ਇਹਦੇ ਨਾਲ ਕੋਈ ਕੁਆਲਿਟੀ ਆਫ ਲਾਈਫ ਕਿਸ ਤਰ੍ਹਾਂ ਤੁਸੀਂ ਬਿਹਤਰ ਕਰ? ਕਹਿਣ ਦਾ ਪਰਪਸ ਸਾਡਾ ਆਪਣੀ ਸਾਡੀ ਬਾਡੀ ਦੀ ਇਮਿਊਨਿਟੀ ਮੇਨਟੇਨ ਕਰਨੀ ਹੈ, ਸਿੰਪਲ ਡਾਈਟ ਹੋ ਗਏ, ਫਰੂਟ ਹੋ ਗਏ, ਫਲ ਹੋਏ, ਜੋ ਸਬਜ਼ੀਆਂ ਹਰੀਆਂ ਸਬਜ਼ੀਆਂ ਖਾਈਏ, ਜਾਂ ਤੁਸੀਂ ਯੋਗਾ ਦੀ ਗੱਲ ਕੀਤੀ, ਯੋਗਾ ਵੀ ਸਾਡੀ ਇਮਿਊਨਿਟੀ ਬੂਸਟ ਕਰਦਾ ਜੀ, ਜਿਹੜੇ ਸੈੱਲ ਹੈਗੇ ਗਰੋ ਕਰਦੇ, ਪ੍ਰੋਪਰਲੀ ਗਰੋ ਕਰਦੇ ਆ। ਸੋ ਮੇਨ ਪਰਪਸ ਸਾਰੀਆਂ ਚੀਜ਼ਾਂ ਦਾ ਹੁੰਦਾ ਕਿ ਸਾਡੀ ਬਾਡੀ ਦੀ ਇਮਿਊਨਿਟੀ ਨੂੰ ਆਪਾਂ ਚੁੱਕਣਾ ਹੈਗਾ, ਤਾਂ ਕਿ ਜੋ ਜਿਹੜੀ ਲੜਨ ਦੀ ਸ਼ਕਤੀ ਸਾਡੀ ਘੱਟ ਹੋਈ ਹੈਗੀ ਆ, ਆਪਾਂ ਉਹਨੂੰ ਇਨਕਰੀਜ਼ ਕਰ ਸਕੀਏ, ਤਾਂ ਕਿ ਆਪਾਂ ਪ੍ਰੋਪਰਲੀ ਜਿਹੜੀ ਸਾਡੇ ਵਾਇਰਸ ਨੂੰ ਆਪਾਂ ਲੜ ਸਕੀਏ, ਆਪਣਾ ਡਿਫੈਂਸ ਸਿਸਟਮ ਜਿਹੜਾ ਤਕੜਾ ਕਰ ਸਕੀਏ, ਤਾਂ ਕਿ ਸਾਡੀ ਜਿਹੜੀ ਲਾਈਫ ਹੈਗੀ ਆ ਹੈਲਦੀ ਲਾਈਫ ਰਵੇ, ਆਪਾਂ ਥੋੜ੍ਹੇ ਲੰਬਾ ਸਮਝ। ਔਰ ਜਿਸ ਤਰ੍ਹਾਂ ਆਪਾਂ ਤੁਸੀਂ ਇੱਕ ਕਾਰਨ 'ਚੋਂ ਵੀ ਟੀ ਬੀ ਦਾ ਕਾਰਨ ਦੱਸਿਆ, ਇਹਦਾ ਮਤਲਬ ਇਹ ਹੈ ਵੀ ਜਿਹੜੇ ਮਰੀਜ਼ ਨੂੰ ਐੱਚ ਆਈ ਵੀ ਪੋਜ਼ੀਟਿਵ ਹੈਗਾ, ਉਹ ਕੋਸ਼ਿਸ਼ ਕਰੇ ਵੀ ਕਿਸੇ ਦਾ ਪਤਾ ਲੈਣ ਕਿਸੇ ਹਸਪਤਾਲ ਦੇ ਵਿੱਚ ਨਾ ਜਾਵੇ, ਜਾਂ ਜਿੱਥੇ ਕਿਸੇ ਫੈਮਲੀ 'ਚ ਰਿਸ਼ਤੇਦਾਰ ਨੂੰ ਕੋਈ ਟੀ ਬੀ ਹੈ ਜਾਂ ਕੋਈ ਹੋਰ ਬਿਮਾਰੀ, ਉਹਨਾਂ ਦੇ ਨਾਲ ਬਹੁਤਾ ਉਸ ਹਾਲਾਤ ਦੇ ਵਿੱਚ ਨਾ ਮੇਲ ਰੱਖੇ। ਹਾਂ ਬਿਲਕੁਲ, ਕਿਉਂਕਿ ਉਹਦੇ 'ਚ ਟ੍ਰਾਂਸਮਿਟ ਤਾਂ ਇਸ ਤਰ੍ਹਾਂ ਵੀ ਹੋ ਜਾਂਦਾ। ਬਿਲਕੁਲ ਠੀਕ ਗੱਲ ਹੈ ਸਰ, ਕਿਉਂਕਿ ਬੰਦੇ ਦੀ ਇਮਿਊਨਿਟੀ ਤਾਂ ਵੈਸੇ ਹੀ ਘਟੀ ਹੋਈ ਹੁੰਦੀ ਹੈਗੀ ਆ, ਸੋ ਬੰਦੇ ਨੂੰ ਪ੍ਰੋਪਰ ਤਰੀਕੇ ਨਾਲ ਘੁੰਮਣਾ ਚਾਹੀਦਾ, ਕਿਉਂਕਿ ਹੋਸਪਿਟਲ 'ਚ ਇਨਵਾਇਰਮੈਂਟ ਇਸ ਤਰ੍ਹਾਂ ਹੁੰਦਾ ਕਿ ਇਨਫੈਕਸ਼ਨ ਲੈਣ ਦੀ ਪੋਸੀਬਿਲਿਟੀ ਹਮੇਸ਼ਾ ਰਹਿੰਦੀ ਆ, ਸੋ ਆਮ ਤੌਰ 'ਤੇ ਅਵੋਇਡ ਕੀਤਾ ਜਾਣਾ ਚਾਹੀਦਾ ਇਹਨਾਂ ਕਰਾਊਡਡ ਪਲੇਸਿਸ ਜਾਂ ਖਾਸ ਕਰਕੇ। ਡਾਕਟਰ ਸਾਹਿਬ ਜਿਸ ਤਰ੍ਹਾਂ ਆਪਾਂ ਪਹਿਲਾਂ ਇੱਕ ਗੱਲ ਕੀਤੀ ਸੀ ਵੀ ਇੱਕ ਡਰ ਹੈ ਸਾਡਾ ਵੀ ਐੱਚ ਆਈ ਵੀ ਪੋਜ਼ੀਟਿਵ ਮੌਤ ਹੈ ਨਾ, ਅਤੇ ਕੀ ਵਾਕਈ ਕਿੰਨੇ ਚਿਰ ਬੰਦਾ ਜੀ ਲੈਂਦਾ ਐੱਚ ਆਈ ਵੀ? ਮੰਨ ਲਓ ਕਿਸੇ 40 ਸਾਲ ਦੇ ਬੰਦੇ ਨੂੰ ਐੱਚ ਆਈ ਵੀ ਪੋਜ਼ੀਟਿਵ ਡਿਟੈਕਟ ਹੁੰਦੀ ਹੈ, ਅਤੇ ਉਹ ਕਿੰਨਾ ਚਿਰ ਆਪਣੀ ਲਾਈਫ ਨੂੰ ਸਮਝੇਗਾ ਵੀ ਮੈਂ ਇੰਨੇ ਸਾਲ ਹੋ ਸਕਦੇ, ਜਾਂ 30 ਸਾਲ ਦਾ ਪਰਸਨ ਹੈ ਅਤੇ ਉਹਨੂੰ ਐੱਚ ਆਈ ਪੋਜ਼ੀਟਿਵ ਹੋਵੇ ਤਾਂ ਕਿੰਨੇ ਸਾਲ ਜੀ ਸਕਦੇ? ਸਰ ਜਦੋਂ ਡਰੱਗਸ ਨਹੀਂ ਆਏ ਸੀ, ਏ ਆਰ ਟੀ ਸੈਂਟਰ ਨਹੀਂ ਖੁੱਲ੍ਹੇ ਸੀ, ਉਦੋਂ ਕਿਹਾ ਜਾਂਦਾ ਸੀ ਕਿ ਐੱਚ ਆਈ ਮੀਨ ਮੌਤ ਜੀ, ਬਟ ਉਸ ਤੋਂ ਬਾਅਦ ਜਦੋਂ ਵੀ ਡਰੱਗਸ ਆ ਗਈਆਂ ਨਵੀਆਂ, ਸਾਡੇ ਕੋਲ ਬਹੁਤ ਵਧੀਆ ਡਰੱਗਸ ਆ ਗਈਆਂ ਹੈਗੀਆਂ, ਸੋ ਇਹਨਾਂ ਬੰਦਾ ਜਿਹੜੀ ਲਾਈਫ ਜੀਣੀ ਹੈਗੀ, ਪ੍ਰੋਪਰ ਜਿਹੜਾ ਨੋਰਮਲ ਬੰਦਾ ਜੀਂਦਾ ਹੈਗਾ, ਅੱਛਾ, ਉਹ ਇਕੁਅਲੈਂਟ ਜੀ ਸਕਦਾ, ਔਰ ਕੁਆਲਿਟੀ ਆਫ ਲਾਈਫ ਵੀ ਬੰਦੇ ਦੀ ਬਹੁਤ ਵਧੀਆ ਹੋ ਜਾਂਦੀ ਆ ਜੇ ਆਪਾਂ ਲਗਾਤਾਰ ਦਵਾਈਆਂ ਲੈਂਦੇ ਹੈਗੀਆਂ। ਅੱਛਾ, ਸੋ ਦਵਾਈਆਂ ਦੀ ਬ੍ਰੇਕੇਜ ਕਦੀ ਨਹੀਂ ਕਰਨੀ, ਛੱਡਣੀਆਂ ਨਹੀਂ ਕਦੀ ਹੈਗੀਆਂ, ਫ੍ਰੀ ਆਫ ਕੋਸਟ ਮਿਲਦੀਆਂ ਹੈਗੀਆਂ, ਪ੍ਰੋਪਰਲੀ ਦਵਾਈਆਂ ਲਈਏ, ਆਪਾਂ ਡੇਲੀ ਦਵਾਈਆਂ ਲਈਏ, ਤਾਂ ਆਪਾਂ ਪ੍ਰੋਪਰ ਜਿਹੜੀ ਲਾਈਫ ਹੈਗੀ ਆ ਇੱਕ ਨੋਰਮਲ ਬੰਦੇ ਵਾਲੀ ਲਾਈਫ ਆਪਾਂ ਜੀ ਸਕਦੇ ਹੈਗੀਆਂ। ਪਿਆਰੇ ਦਰਸ਼ਕੋ, ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਗੱਲ ਕੀਤੀ ਹੈ ਵੀ ਜੇ ਕਿਸੇ ਕਾਰਨ ਤੁਹਾਨੂੰ ਐੱਚ ਆਈ ਵੀ ਪੋਜ਼ੀਟਿਵ ਨਿਕਲ ਆਇਆ, ਤੁਸੀਂ ਇਹ ਨਾ ਸਮਝੋ, ਮਨ ਨੂੰ ਪਰੇਸ਼ਾਨ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਜਲਦੀ ਸਾਡੀ ਮੌਤ ਨੇੜੇ ਆ ਗਈ ਹੈ। ਸਾਡੀ ਜਿਹੜੀ ਜ਼ਿੰਦਗੀ, ਅਸੀਂ ਪੂਰੀ ਜ਼ਿੰਦਗੀ ਇੱਕ ਆਮ ਜਿਹੜਾ ਇਨਸਾਨ ਹੈ ਉਨੀ ਜੀ ਸਕਦੇ ਹਾਂ, ਬਸ਼ਰਤੇ ਅਸੀਂ ਆਪਣੀ ਸਿਹਤ ਦਾ ਧਿਆਨ ਰੱਖੀਏ, ਅੱਛਾ ਦਵਾਈਆਂ ਖਾਈਏ, ਟਾਈਮ ਸਿਰ ਦਵਾਈਆਂ ਖਾਈਏ, ਫਲ ਫਰੂਟ ਖਾਈਏ, ਆਪਣੀ ਸਿਹਤ ਦਾ ਜ਼ਿਆਦਾ ਧਿਆਨ ਰੱਖੀਏ। ਡਾਕਟਰ ਸਾਹਿਬ, ਜਿਹੜਾ ਆਮ ਹਾਲਾਤਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਇੱਕ ਪ੍ਰੈਗਨੈਂਟ ਵੂਮਨ ਦੀ ਗੱਲ ਕੀਤੀ ਹੈਗੀ ਹੈ ਵੀ ਜੇ ਬੱਚੇ ਨੂੰ ਕੀ ਜਿਹੜੇ ਗਰਭਵਤੀ ਕੋਈ ਮਾਂ ਆ ਉਹਨੂੰ ਉਹਦਾ ਬਲੱਡ ਟੈਸਟ ਕਰਦੇ ਹਾਂ ਅਤੇ ਉਹਦੇ ਵਿੱਚ ਉਹ ਨਿਕਲ ਆਉਂਦਾ ਵੀ ਪੋਜ਼ੀਟਿਵ ਹੈ, ਅਤੇ ਉਹਦਾ ਜਿਹੜਾ ਹਜੇ ਅਣਜਨਮਿਆ ਬੱਚਾ ਹੈ, ਕੀ ਉਹਦੇ 'ਚ ਵੀ ਐੱਚ ਆਈ ਵੀ ਪੋਜ਼ੀਟਿਵ ਹੈ ਜਾਂ ਜੇ ਜਦੋਂ ਜਨਮ ਲੈ ਲੈਂਦਾ ਉਦੋਂ ਐੱਚ ਆਈ ਵੀ ਪੋਜ਼ੀਟਿਵ, ਕੀ ਇਹਦਾ ਆਪਸ 'ਚ ਕੀ ਸੰਪਰਕ ਹੈ? ਸਭ ਤੋਂ ਇੰਪੋਰਟੈਂਟ ਚੀਜ਼ ਸਮਝਣ ਵਾਲੀ ਆ ਕਿ ਜਿਹੜੀ ਵਾਇਰਸ ਹੁੰਦੀ ਹਮੇਸ਼ਾ ਖੂਨ ਦੇ ਵਿੱਚ ਹੁੰਦੀ ਆ, ਜਾਂ ਜਿਹੜੀਆਂ ਔਰਤ ਦੇ ਵਿੱਚ ਸਕ੍ਰੀਸ਼ਨ ਹੁੰਦੀਆਂ ਹੈਗੀਆਂ ਉਹਨਾਂ ਵਿੱਚ ਵਾਇਰਸ ਹਮੇਸ਼ਾ ਪਈ ਹੁੰਦੀ ਹੈਗੀ, ਸੋ ਬੱਚਾ ਜਦੋਂ ਵੀ ਲੰਘਦਾ ਉਸ ਟਰੈਕ ਵਿੱਚੋਂ, ਸੋ ਪੋਸੀਬਿਲਿਟੀ ਹਮੇਸ਼ਾ ਹੁੰਦੀ ਹੈ ਕਿ ਬੱਚੇ ਨੂੰ ਵੀ ਐੱਚ ਆਈ ਵੀ ਹੋ ਜਾਵੇ, ਸੋ ਇਸ ਕਰਕੇ ਮਦਰ ਨੂੰ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਹੁੰਦਾ ਹੈਗਾ, ਉਸ ਤੋਂ ਬਾਅਦ ਬੱਚੇ ਨੂੰ ਡਾਕਟਰ ਦੀ ਸਲਾਹ ਦੇ ਲੈ ਕੇ ਆਪਾਂ ਲੈ ਕੇ ਆਪਾਂ ਟ੍ਰੀਟਮੈਂਟ ਸ਼ੁਰੂ ਕਰ ਸਕਦੇ ਹਾਂ। ਜਦੋਂ ਕਿਸੇ ਨੂੰ ਪਤਾ ਲੱਗਦਾ ਵੀ ਉਹ ਗਰਭਵਤੀ ਹੈ, ਅਤੇ ਕਦੋਂ ਕਿਹੜੇ ਮਹੀਨੇ ਤੋਂ ਜੇ ਮੈਡੀਸਨ ਉਹਦੀ ਸ਼ੁਰੂ ਹੁੰਦੀ ਜੀ, ਉਹਨੂੰ ਪਹਿਲੇ ਟੈਸਟ 'ਚ ਪਤਾ ਲੱਗ ਜਾਂਦਾ? ਤੁਸੀਂ ਟੈਸਟ ਕਦੋਂ ਕਰਦੇ ਹੋ ਜਦੋਂ ਕੋਈ ਪ੍ਰੈਗਨੈਂਟ ਵੂਮਨ ਤੁਹਾਡੇ ਕੋਲ? ਸਰ, ਐਂਟੀਨੇਟਲ ਕੇਅਰ ਵਿੱਚ ਉਹਦੇ ਵਿੱਚ ਇਹ ਵੀ ਆ ਕਿ ਆਪਾਂ ਉਹਦੇ ਸਾਰੇ ਟੈਸਟ ਕਰਨੇ ਆ, ਇਨ ਕੇਸ ਜੇ ਉਹਦਾ ਰਿਸਕੀ ਬਿਹੇਵੀਅਰ ਹੈ, ਉਹਨੂੰ ਲੱਗਾ ਕਿ ਮੈਂ ਇਸ ਤਰ੍ਹਾਂ ਕੁਛ ਕੀਤਾ ਹੈ ਜਾਂ ਬਲੱਡ ਲਿਆ ਸੀ ਜਾਂ ਮੇਰੇ ਕੋਈ ਨੀਡਲ ਪ੍ਰਿਕ ਹੋ ਗਈ ਆ, ਤਾਂ ਉਸ ਵੇਲੇ ਟੈਸਟ ਰੂਲ ਆਊਟ ਕਰਾ ਲੈਣਾ ਚਾਹੀਦਾ ਆਪਣੇ, ਕਰਵਾ ਲੈਣਾ ਚਾਹੀਦਾ। ਉਸ ਤੋਂ ਬਾਅਦ ਵਿਦ ਦੀ ਹੈਲਪ ਆਫ ਦੀ ਸਾਡੇ ਡਾਕਟਰ ਸਾਹਿਬ ਜਿਹੜੇ ਹੈਗੇ ਆ, ਉਹਨਾਂ ਦੀ ਗਾਈਡੈਂਸ ਅਤੇ ਸਲਾਹ ਦੇ ਨਾਲ ਆਪਾਂ ਦਵਾਈ ਸ਼ੁਰੂ ਕਰ ਸਕਦੇ ਹੈਗੇ ਹਾਂ। ਠੀਕ ਹੈ। ਅੱਛਾ ਡਾਕਟਰ ਸਾਹਿਬ, ਜਿਹੜਾ ਇੱਕ ਫੋਨ ਕਾਲ ਆ ਰਹੀ ਹੈ ਡਾਕਟਰ ਸਾਹਿਬ, ਹਾਂਜੀ ਸਰ, ਸਾਰਾ ਪ੍ਰੋਗਰਾਮ ਤਕਰੀਬਨ ਨਿਕਲ ਚਲਿਆ, ਫੋਨ ਕਾਲ ਨਹੀਂ ਆਈ ਹੈ ਅਤੇ ਲੋਕ ਵੀ ਪੁੱਛਣ ਲੱਗੋ ਡਰਦੇ ਨੇ, ਲੇਕਿਨ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਾਲ ਕਰਨ ਦਾ। ਹੈਲੋ, ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਵਿੰਦਰ ਜੀ, ਹਾਂਜੀ ਪੁੱਛੋ ਜੀ ਡਾਕਟਰ ਸਾਹਿਬ ਤੋਂ ਆਪਣਾ ਸਵਾਲ ਜੀ। ਸਰ, ਸਰ ਤੋਂ ਮੈਂ ਇੱਕ
ਇਹ ਮਿੱਥ ਹੀ ਇੱਕ ਤਰ੍ਹਾਂ ਸਾਡਾ ਵਹਿਮ ਆ, ਜਿਸ ਤਰ੍ਹਾਂ ਆਪਾਂ ਹੱਥ ਮਿਲਾਉਣਾ ਜਾਂ ਟੈਲੀਫੋਨ ਯੂਜ਼ ਕਰਨਾ ਜਾਂ ਕਿਸੇ ਦੀ ਕਾਮਨ ਟੋਇਲਟ ਯੂਜ਼ ਕਰਨਾ, ਆਪਾਂ ਕਹਿ ਕਿ ਆਪਣੇ ਗਲਤ ਫਹਿਮੀਆਂ ਕਿ ਹੋ ਜਾਂਦੀ ਟਰਾਂਸਮਿਸ਼ਨ। ਇਸ ਤਰ੍ਹਾਂ ਇੰਪੋਰਟੈਂਟ ਚੀਜ਼ ਆ ਕਿ ਇਨਸੈਕਟ ਕੋਈ ਵੀ ਹੈਗਾ ਜਾਂ ਮੱਛਰ ਹੈਗਾ, ਉਹਦੇ ਨਾਲ ਇਹਦੀ ਟਰਾਂਸਮਿਸ਼ਨ ਕਦੀ ਵੀ ਨਹੀਂ ਹੁੰਦੀ ਹੈਗੀ। ਸੋ ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਮੱਛਰ ਦੇ ਨਾਲ ਇਹਦੀ ਟਰਾਂਸਮਿਸ਼ਨ ਨਹੀਂ ਹੈਗੀ, ਇਹ ਵੀ ਆਪਣੇ ਮਾਇੰਡ 'ਚੋਂ ਆਪਾਂ ਡਾਊਟ ਕਲੀਅਰ ਕਰਨਾ ਚਾਹੀਦਾ ਅੱਗੇ। ਸੋ ਤੁਸੀਂ ਸਵਾਲ ਬਹੁਤ ਵਧੀਆ ਪੁੱਛਿਆ ਹੈ ਵੀ ਮੱਛਰ ਦੇ ਨਾਲ, ਕਿਉਂਕਿ ਉਹ ਖੂਨ ਤਾਂ ਪੀਂਦਾ ਹੀ, ਇੱਕ ਦਾ ਪੀ ਕੇ ਜਾਂ ਦੂਸਰੇ ਵੱਲ ਹੋ ਜਾਏਗਾ, ਲੇਕਿਨ ਉਹਦੇ ਨਾਲ ਮਲੇਰੀਆ ਹੋਏਗਾ, HIV ਪੋਜ਼ਿਟਿਵ ਨਹੀਂ ਹੋਏਗਾ। ਅੱਛਾ ਡਾਕਟਰ ਸਾਹਿਬ, ਜਿਹੜਾ ਮੰਨ ਲਓ ਕਿਸੇ ਜੀ ਨੂੰ, ਘਰ ਦੇ ਵਿੱਚ ਕਿਸੇ ਜੀ ਨੂੰ HIV ਪੋਜ਼ਿਟਿਵ ਹੋ ਗਿਆ, ਹੁਣ ਪਰਿਵਾਰ ਦੇ ਵਿੱਚ ਦੂਸਰੇ ਕਿਹੜੇ ਮੈਂਬਰਸ ਹੈਗੇ ਜਿਹੜਿਆਂ ਨੂੰ ਟੈਸਟ ਕਰਵਾਉਣਾ ਜਾਂ ਹਾਈ ਰਿਸਕ ਫੈਕਟਰ ਹੋ ਜਾਂਦਾ ਵੀ, ਜਾਂ ਦੂਸਰਿਆਂ ਨੂੰ ਵੀ ਟੈਸਟ ਕਰਾਉਣਾ ਪਏਗਾ? ਨਹੀਂ, ਦੂਸਰਿਆਂ ਨੂੰ ਟੈਸਟ ਕਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹਦੀ ਟਰਾਂਸਮਿਸ਼ਨ ਥਰੂ ਬਲੱਡ ਹੁੰਦੀ ਹੈਗੀ, ਜਾਂ ਜਿਹੜੇ ਸਕ੍ਰੀਸ਼ਨ ਹੈਗੀਆਂ ਸੀਮਨ ਹੋ ਗਿਆ ਜਾਂ ਔਰਤਾਂ ਦੀਆਂ ਸਕ੍ਰੀਸ਼ਨ ਹੁੰਦੀਆਂ, ਉਹਦੇ ਥਰੂ ਟਰਾਂਸਮਿਸ਼ਨ ਹੁੰਦੀ ਆ। ਬਾਕੀ ਫੈਮਿਲੀ ਮੈਂਬਰ ਇਕੱਠੇ ਰਹਿੰਦੇ ਹੈਗੇ, ਇਕੱਠੇ ਖਾਣਾ ਖਾਂਦੇ ਹੈਗੇ ਆ, ਯਾਨੀ ਮੀਆਂ ਬੀਵੀ ਨੂੰ ਟੈਸਟ ਕਰਵਾ ਲੈਣਾ ਚਾਹੀਦਾ। ਜੇ ਇਨ ਕੇਸ ਹਸਬੈਂਡ ਉਹਦਾ ਪੋਜ਼ਿਟਿਵ ਹੈ ਜਾਂ ਵਾਈਫ ਪੋਜ਼ਿਟਿਵ ਹੈਗੀ, ਤਾਂ ਆਪਾਂ ਨੂੰ ਰੂਲ ਆਊਟ ਕਰਾ ਲੈਣਾ ਚਾਹੀਦਾ, ਤਾਂ ਕਿ ਆਪਾਂ ਪ੍ਰੋਪਰਲੀ ਗਾਈਡ ਕਰਕੇ ਆਪਾਂ ਪ੍ਰੋਪਰ ਮੈਡੀਸਨ ਲੈ ਲਈਏ, ਤਾਂ ਸਾਡੀ ਜਿਹੜੀ ਲਾਈਫ ਆ ਵਧੀਆ ਤਰੀਕੇ ਨਾਲ ਜੀ ਸਕੀਏ ਆਪਾਂ। ਅਤੇ ਡਾਕਟਰ ਸਾਹਿਬ, ਇਹਨਾਂ ਸਾਰੇ ਕਾਰਨਾਂ ਦੇ ਵਿੱਚੋਂ ਜੋ ਆਪਾਂ ਸਮਝ ਪਾਏ ਹਾਂ ਵੀ ਜਿਹੜਾ ਡਰੱਗ ਅਡਿਕਸ਼ਨ ਇਹਦੇ ਫੈਲਾਅ ਦਾ ਮੂਲ ਕਾਰਨ ਹੋ ਰਿਹਾ? ਬਿਲਕੁਲ, ਸਾਡੇ ਪੰਜਾਬ 'ਚ ਕਰਕੇ ਨੌਰਥ ਈਸਟ ਵਿੱਚ ਵੀ ਇਹ ਚੀਜ਼ਾਂ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਕਿ ਜਦੋਂ ਵੀ ਇੰਜੈਕਸ਼ਨ ਲਾਉਣਾ, ਖਾਸ ਕਰਕੇ ਆਪਾਂ ਨੀਡਲ ਨਵੀਂ ਨਾਲ ਲਈਏ, ਸਿਰਿੰਜ ਨਵੀਂ ਨਾਲ ਲਈਏ, ਤਾਂ ਕਿ ਆਪਾਂ ਆਪਣੇ ਆਪ ਨੂੰ ਅਤੇ ਆਪਣੇ ਫੈਮਿਲੀ ਨੂੰ ਬਚਾ ਸਕੀਏ। ਸੋ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਹੈ, ਬਹੁਤ ਜਾਣਕਾਰੀ ਭਰਪੂਰ ਗੱਲਾਂ ਉਹਨਾਂ ਨੇ ਦੱਸੀਆਂ ਵੀ ਆਪਣਾ ਬਚਾਓ ਤੁਸੀਂ ਰੱਖੋ, ਸਿਰਿੰਜ ਜੇ ਤੁਹਾਨੂੰ ਯੂਜ਼ ਕਰਨੀ ਪੈਂਦੀ ਹੈ ਤਾਂ ਨਵੀਂ ਲਓ, ਆਪਣੇ ਸਾਥੀ ਨਾਲ ਤੁਸੀਂ ਵਫ਼ਾਦਾਰ ਰਹੋ, ਔਰ ਤੁਸੀਂ ਪ੍ਰੋਗਰਾਮ ਵਿੱਚ ਸਾਡਾ ਸਾਥ ਨਿਭਾਇਆ। ਡਾਕਟਰ ਸਾਹਿਬ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਆਉਣ ਦਾ। ਆਪ ਜੀ ਦਾ ਸ਼ੁਕਰੀਆ ਜੀ।